ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼, ਅਸੀਂ ਪਿਛਲੇ ਜਦੋਂ ਦਾ ਇਹ COVID-19 ਦਾ ਕਹਿਰ ਜਿਹੜਾ ਹੈ ਉਹ ਸ਼ੁਰੂ ਹੋਇਆ, ਉਦੋਂ ਤੋਂ ਅਸੀਂ ਜਿੱਥੇ ਇਸ ਸ਼ੋਅ ਦੇ ਵਿੱਚ ਇਸ ਨਾਲ ਸੰਬੰਧਿਤ ਜਿਹੜੇ ਪ੍ਰਭਾਵ ਪੈ ਰਹੇ ਆ ਉਸ ਬਾਬਤ ਗੱਲ ਕਰ ਰਹੇ ਹਾਂ। ਇੱਕ ਪੋਜ਼ਿਟਿਵ ਪੱਖ ਇਹਦਾ ਜਿਹੜਾ ਪਿਛਲੇ ਸਾਰੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਉਹ ਹੈ, ਜਦੋਂ ਅਸੀਂ ਸਿੱਖੀ ਦੀ ਹਿਊਮੈਨਿਟੇਰੀਨਿਜ਼ਮ ਦੀ ਗੱਲ ਕਰਦੇ ਹਾਂ ਤੇ ਉਸ ਪਾਰਟ ਨੂੰ ਮੁੱਖ ਰੱਖਦੇ ਹਾਂ, ਜਿਹੜੀ ਲੰਗਰ ਦੀ ਪ੍ਰਥਾ ਹੈ ਗੁਰੂ ਨਾਨਕ ਸਾਹਿਬ ਵੱਲੋਂ, ਜਿਹੜਾ 20 ਰੁਪਏ ਦੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ, ਉਸਦੇ ਜਦੋਂ ਅਸੀਂ ਦੇਖਦੇ ਹਾਂ ਮੁੜ ਕੇ ਵਿਆਜ ਦੇ ਉੱਤੇ ਹੀ ਜਿਹੜਾ ਲੰਗਰ ਸਿੱਖਾਂ ਦਾ ਚੱਲ ਰਿਹਾ ਉਦੋਂ ਤੋਂ ਲੈ ਕੇ ਅੱਜ ਤੱਕ, ਤੇ ਅੱਜ ਦੁਨੀਆਂ ਭਰ ਦੇ ਵਿੱਚ ਭਾਵੇਂ ਉਹ ਭਾਰਤ ਦਾ ਖਿੱਤਾ ਹੋਵੇ, ਇੱਥੇ ਅਸੀਂ ਨਾਰਥ ਅਮਰੀਕਾ ਦੇ ਵਿੱਚ ਬੈਠੇ ਹਾਂ, ਯੂਰਪ ਦੇ ਵਿੱਚ ਜਾਂ ਥਰੂਆਊਟ, ਅਸੀਂ ਦੇਖਿਆ ਕਿ ਸਿੱਖਾਂ ਵੱਲੋਂ ਲੰਗਰ ਲਾਏ ਗਏ ਆ ਲੋੜਵੰਦਾਂ ਦੀ ਮਦਦ ਦੇ ਲਈ। ਤੇ ਖਾਸ ਤੌਰ ਤੇ ਹੁਣ ਅਮਰੀਕਾ ਦੇ ਵਿੱਚ ਜਦੋਂ ਤੋਂ ਜਾਰਜ ਫਲੋਇਡ ਦੀ ਮੌਤ ਹੋਈ ਹੈ, ਇੱਕ ਅਣਸੁਖਾਵੀ ਜਿਹੜੀ ਘਟਨਾ ਉਹ ਵਾਪਰੀ ਹੈ, ਉਸ ਤੋਂ ਬਾਅਦ ਜਿਹੜੇ ਪ੍ਰੋਟੈਸਟ ਵਿਰੋਧ ਪ੍ਰਦਰਸ਼ਨ ਹੋਏ ਨੇ ਉੱਥੇ ਵੀ ਸਿੱਖਾਂ ਵੱਲੋਂ ਸ਼ਮੂਲੀਅਤ ਕਰਦਿਆਂ ਨਾਲ ਨਾਲ ਜਿਹੜੀ ਇਹ ਲੰਗਰ ਦੀ ਸੇਵਾ ਹੈ ਉਹ ਨਿਭਾਈ ਗਈ ਹੈ। ਸੋ ਇੱਕ ਚੰਗਾ ਜਿਹੜਾ ਮੈਸੇਜ ਹੈ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਇਸ ਪ੍ਰਥਾ ਦੇ ਜ਼ਰੀਏ, ਇੱਕ ਸਿੱਖੀ ਦੀ ਜਿਹੜੀ ਗੱਲ ਹੈ ਉਹ ਦੁਨੀਆਂ ਭਰ ਦੇ ਵਿੱਚ ਮੀਡੀਆ ਦੇ ਰਾਹੀਂ ਪਹੁੰਚੀ ਹੈ। ਸੋ ਇਹਦੇ ਨਾਲ ਨਾਲ ਕੰਟਰਾਸਟ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਇਸ ਵਕਤ, ਉਹ ਕਿਤੇ ਨਾ ਕਿਤੇ ਸਿੱਖੀ ਦੀ ਹੋਂਦ ਦੇ ਉੱਤੇ ਜਿਹੜਾ ਹੈ ਉਹ ਸਵਾਲੀਆ ਨਿਸ਼ਾਨ ਲਾਉਂਦੇ ਆ। ਉਹ ਭਾਵੇਂ UP ਦੇ ਵਿੱਚ ਵਾਪਰੀ ਘਟਨਾ ਹੋਵੇ ਪਿਛਲੇ ਦਿਨਾਂ ਦੇ ਵਿੱਚ, ਇੱਥੇ ਅਸੀਂ ਦੇਖਿਆ ਵੀ ਤਕਰੀਬਨ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ, ਸਿੱਖ ਕਿਸਾਨ, ਉਹਨਾਂ ਨੂੰ ਉੱਥੋਂ ਉਜਾੜਿਆ ਜਾ ਰਿਹਾ। ਉਹ ਅਦਰਵਾਈਜ਼ ਘਟਨਾਵਾਂ ਹੋਣ, ਇਕੱਲੇ ਕਹਿ ਰਹੇ ਸਿੱਖਾਂ ਦੇ ਉੱਤੇ ਹਮਲੇ ਕਰਨ ਦੀਆਂ, ਜਾਂ ਅਦਰਵਾਈਜ਼ ਜਦੋਂ ਅਸੀਂ ਹਿਊਮਨ ਰਾਈਟਸ ਵਾਇਲੇਸ਼ਨ ਦੀ ਗੱਲ ਕਰਦੇ ਹਾਂ, ਉਹ ਦਿੱਲੀ ਦੇ ਵਿੱਚ ਇਹ ਵੀ ਘਟਨਾ ਦੇਖਣ ਨੂੰ ਮਿਲੀ ਹੈ, ਜਿਨ੍ਹਾਂ ਸਿੰਘਾਂ ਵੱਲੋਂ ਲੰਗਰ ਉੱਥੇ ਲਾਇਆ ਗਿਆ ਸੀ ਇਹ ਸ਼ਾਹੀਨ ਬਾਗ ਦੇ ਵਿੱਚ, ਜਿਹੜੇ NTCA ਪ੍ਰੋਟੈਸਟ ਸੀਗੇ ਉਹਦੇ ਵਿੱਚੋਂ ਮੇਨ DS ਬਿੰਦਰਾ ਦੇ ਉੱਤੇ ਉੱਥੇ ਕੇਸ ਵੀ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ, ਉਹਨਾਂ ਨੂੰ ਇਹ ਕਹਿ ਕੇ ਕਿ ਲਾਇਆ ਤੇ ਉਹਨਾਂ ਨੇ ਲੰਗਰ ਸੀ, ਪਰ ਉਹਨਾਂ ਨੂੰ ਇਸ ਤਰੀਕੇ ਨਾਲ FIR ਦੇ ਵਿੱਚ ਦਰਜ ਕੀਤਾ ਗਿਆ ਕਿ ਉਹ ਆਪਣਾ ਲੰਗਰ ਦੇ ਰਾਹੀਂ ਉਹਨਾਂ ਨੇ ਪ੍ਰੋਟੈਸਟ ਨੂੰ ਹੁਲਾਰਾ ਦਿੱਤਾ ਤੇ ਪ੍ਰੋਟੈਸਟ ਦੇ ਆਰਗੇਨਾਈਜ਼ਰ ਸੀ। ਸੋ ਜਿਹੜੀ ਹਿੰਸਾ ਹੋਈ ਹੈ ਬਾਅਦ ਦੇ ਵਿੱਚ ਉਹਦਾ ਦੋਸ਼ ਉਹਨਾਂ ਦੇ ਸਿਰ ਦੇ ਉੱਤੇ ਮੜਿਆ ਗਿਆ। ਸੋ ਸਿੱਧਾ ਜਿਹੜਾ ਸਵਾਲ ਸੀ ਉਹ ਲੰਗਰ ਦੇ ਨਾਲ ਆ ਕੇ ਜੁੜਦਾ ਸੀ ਵੀ ਕੀ ਹੁਣ ਲੰਗਰ ਲਾਉਣਾ ਵੀ ਲੰਗਰ ਲਾਉਣ ਦੇ ਉੱਤੇ ਵੀ ਮਨਾਹੀ ਕੀਤੀ ਜਾ ਰਹੀ ਹੈ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ। ਸੋ ਇਹ ਸਾਰੇ ਘਟਨਾਕ੍ਰਮ ਨੂੰ ਮੁੱਖ ਰੱਖਦਿਆਂ ਅਸੀਂ ਜਿਹੜੀ ਅੱਜ ਦੀ ਵਿਚਾਰ ਚਰਚਾ ਹੈ ਉਹ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਬਾਹਰਲੀਆਂ ਸਿੱਖ ਸੰਗਤਾਂ ਜਾਂ ਇੱਥੇ ਨਿਊਯਾਰਕ ਦੇ ਵਿੱਚ, ਅਮਰੀਕਾ ਦੇ ਵਿੱਚ ਬੈਠਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜੀ ਵੈਲਫੇਅਰ ਕੌਂਸਲ ਹੈ ਉਹਨਾਂ ਵੱਲੋਂ ਇੱਥੇ ਵਿਸ਼ੇਸ਼ ਕਰਕੇ ਨਿਊਯਾਰਕ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਆਰੰਭਿਆ ਗਿਆ ਸੀ ਕੋਰੋਨਾ ਵਾਇਰਸ ਤੋਂ ਬਾਅਦ, ਜਦੋਂ ਜਿਹੜਾ ਹਜ਼ਾਰਾਂ ਲੋਕਾਂ ਨੂੰ ਲੰਗਰ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਗਿਆ ਸਿਟੀ ਵੱਲੋਂ, ਉਹਦੇ ਵਿੱਚ ਯੂਨਾਈਟਿਡ ਸਿੱਖਸ ਦੀ ਵੀ ਸ਼ਮੂਲੀਅਤ ਸੀ ਨਾਲ ਨਾਲ, ਤੇ ਅਸੀਂ ਦੇਖਿਆ 30,000 ਲੋਕਾਂ ਦਾ ਲੰਗਰ ਪਹਿਲਾਂ ਤਿਆਰ ਕੀਤਾ ਗਿਆ। ਉਹ ਤੋਂ ਬਾਅਦ ਲਗਾਤਾਰਤਾ ਦੇ ਨਾਲ ਕਿਤੇ 2,000-5,000 ਹੋਸਪਿਟਲਸ ਤੱਕ ਪਹੁੰਚ ਕਰਨੀ, ਜਿੱਥੇ ਜਿੱਥੇ ਵੀ ਲੋੜ ਹੈਗੀ ਹੈ ਪਹੁੰਚ ਕੀਤੀ ਜਾਂਦੀ ਰਹੀ ਹੈ, ਉੱਥੇ ਜਿਹੜੀ ਇਹ ਲੰਗਰ ਹੈ ਉਹ ਪਹੁੰਚਾਇਆ ਜਾ ਰਿਹਾ ਹੈ। ਅੱਜ ਦੀ ਡੇਟ ਦੇ ਵਿੱਚ ਹੁਣ ਜੇ ਗੱਲ ਕਰਨੀ ਹੋਵੇ ਤਾਂ ਲੱਖਾਂ ਲੋਕਾਂ ਤੱਕ, ਮਿਲੀਅਨਸ ਆਫ ਪੀਪਲਸ ਤੱਕ ਜਿਹੜਾ ਇਹ ਲੰਗਰ ਹੈ ਉਹ ਪਹੁੰਚਾਇਆ ਗਿਆ। ਗੁਰੂ ਨਾਨਕ ਸਾਹਿਬ ਦੀ ਜਿਹੜੀ ਇਹ ਪ੍ਰਥਾ ਹੈ ਉਹ ਲਗਾਤਾਰਤਾ ਦੇ ਨਾਲ ਜਾਰੀ ਹੈ, ਨਿਰੰਤਰ ਜਾਰੀ ਹੈ, ਤੇ ਇਹਦਾ ਇੱਕ ਜਿਹੜਾ ਪੋਜ਼ਿਟਿਵ ਮੈਸੇਜ ਹੈ ਉਹ ਬੜੇ ਵੱਡੇ ਲੈਵਲ ਤੇ ਦੇਖਣ ਨੂੰ ਮਿਲਿਆ। ਸੋ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਤੇ ਵੈਲਫੇਅਰ ਕੌਂਸਲ ਦੇ ਸਰਦਾਰ ਬਲਜਿੰਦਰ ਸਿੰਘ ਤੇ ਸਰਦਾਰ ਹਿੰਮਤ ਸਿੰਘ ਇਸ ਵਕਤ ਸਾਡੇ ਨਾਲ ਬਣੇ ਹੋਏ ਆ, ਉਹਨਾਂ ਦੇ ਨਾਲ ਅਸੀਂ ਅੱਜ ਦੀ ਇਸ ਵਿਚਾਰ ਚਰਚਾ ਨੂੰ ਆਓ ਅੱਗੇ ਤੋਰਦੇ ਹਾਂ। ਤੁਹਾਡਾ ਦੋਹਾਂ ਜਣਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਜੀ, ਮੈਂ ਸ਼ੁਰੂਆਤ ਤੁਹਾਡੇ ਕੋਲੋਂ ਕਰਨਾ ਚਾਹੂੰਗਾ, ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੋਗੇ ਜਦੋਂ ਇਸ ਸਾਰੇ ਪਾਰਟ ਦੀ ਸ਼ੁਰੂਆਤ ਹੋਈ ਹੈ ਗੁਰਦੁਆਰਾ ਸਾਹਿਬ ਕੁਈਨਸ ਵਿਲੇਜ ਦੇ ਵਿੱਚੋਂ, ਤੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਲਈ, ਤੇ ਫਿਰ ਪ੍ਰੋਟੈਸਟ ਦਾ ਜ਼ਿਕਰ ਹੋਇਆ, ਹੁਣ ਤੁਸੀਂ ਡੇਲੀ ਬੇਸਿਸ ਦੇ ਉੱਤੇ ਵੀ ਜਿਹੜਾ ਹੈ ਉਹ ਹਸਪਤਾਲਾਂ ਦੇ ਵਿੱਚ ਹੋਰ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉੱਥੇ ਲੰਗਰ ਪਹੁੰਚਾਉਂਦੇ ਵੀ ਹੋ, ਤੇ ਨਾਲ ਨਾਲ ਜਿਹੜਾ ਇੱਕ ਸੁਨੇਹਾ ਇਸ ਸਾਰੇ ਕਾਰਜ ਦੇ ਰਾਹੀਂ
ਦੁਨੀਆ ਭਰ ਦੇ ਵਿੱਚ ਗਿਆ, ਇਕੱਲੇ ਅਮਰੀਕਨਾਂ ਤੱਕ ਨਹੀਂ ਬਲਕਿ ਓਵਰਆਲ ਜਦੋਂ ਅਸੀਂ ਦੇਖਦੇ ਹਾਂ। ਜੀ ਅਮਰਪ੍ਰੀਤ ਸਿੰਘ ਜੀ, ਦੇਖੋ ਬਾਣੀ ਦੇ ਸ਼ਬਦ ਹਨ, ਜੋ ਸੇਵਕ ਕੋ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ। ਮੈਂ ਸਮਝਦਾ ਆ ਕਿ ਬਾਣੀ ਔਰ ਸਾਡੇ ਦਸੇ ਗੁਰੂ ਸਾਹਿਬਾਨ ਦੀ ਜਿਹੜੀ ਸਿੱਖਿਆ ਆ ਸਿੱਖ ਪੰਥ ਵਾਸਤੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਆ। ਜੇ ਅਸੀਂ ਸੇਧ ਲੈਂਦੇ ਹਾਂ ਆਪਣੇ ਗੁਰੂਆਂ ਦੇ ਇਤਿਹਾਸ ਤੋਂ, ਉਹਨਾਂ ਦੀਆਂ ਸਿੱਖਿਆਵਾਂ ਤੋਂ, ਗੁਰੂ ਸਾਹਿਬ ਦੀ ਬਾਣੀ ਤੋਂ, ਤੇ ਫਿਰ ਜਦੋਂ ਇਸ ਤਰੀਕੇ ਦੀ ਮਹਾਮਾਰੀ ਵਿਸ਼ਵ ਦੇ ਵਿੱਚ ਫੈਲੀ ਹੋਵੇ, ਤੋ ਅਸੀਂ ਦੇਖਦੇ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਕਾਲ ਦੇ ਵਿੱਚ ਚੇਚਕ ਦੀ ਜਿਹੜੀ ਬਿਮਾਰੀ ਬੜੀ ਮਹਾਮਾਰੀ ਫੈਲੀ ਸੀਗੀ, ਤੋ ਗੁਰੂ ਸਾਹਿਬ ਨੇ ਆਪ ਆਪਣੇ ਹੱਥੀ ਆਪਣੇ ਸੇਵਕਾਂ ਦੇ ਨਾਲ ਉਸ ਸਮੇਂ ਜਿਹੜੀਆਂ ਲੋਕਾਂ ਦੀ ਦੁਨੀਆਂ ਦੀ ਸੇਵਾ ਜਿਹੜੀ ਉਸ ਵੇਲੇ ਕੀਤੀ ਆ। ਔਰ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚ ਵੀ ਬੜੇ ਬੜੇ ਮਤਲਬ ਦਲਿੱਦਰੀ ਜਿਹੜੇ ਰਾਕਸ਼ ਹੋਏ ਆ, ਜਿੱਥੇ ਲੋਕੀ ਕਹਿੰਦੇ ਸੀ ਵੀ ਬਿਮਾਰੀ ਆ ਉਹਨਾਂ ਕੋਲ, ਜਾਣ ਨਾ ਤੁਸੀਂ ਜਾਓਗੇ ਤੁਹਾਨੂੰ ਵੀ ਬਿਮਾਰੀ ਲੱਗੇਗੀ, ਤੇ ਗੁਰੂ ਸਾਹਿਬ ਨੇ ਪਰਵਾਹ ਨਹੀਂ ਕੀਤੀ। ਸੋ ਮੈਂ ਸਮਝਦਾ ਇਸ ਵੇਲੇ ਜੋ COVID-19 ਦਾ ਜਿਹੜਾ ਇਹ ਮਹਾਮਾਰੀ ਕੋਰੋਨਾ ਵਾਇਰਸ ਦੀ, ਸੋ ਅਸੀਂ ਧੰਨ ਭਾਗ ਸਮਝੇ ਆਪਣੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਆਪਣੇ ਅੰਦਰ ਜਿਹੜਾ ਗ੍ਰਹਿਣ ਕੀਤਾ, ਗੁਰੂ ਸਾਹਿਬ ਦੇ ਦਿਸ਼ੇ ਮਾਰਗ ਦੇ ਮੁਤਾਬਕ ਚੱਲ ਕੇ ਅਸੀਂ ਜਿਹੜੇ ਲੰਗਰਾਂ ਦੀ ਆਰੰਭਤਾ ਕੀਤੀ ਆ, ਔਰ ਲੰਗਰ ਇਸ ਤਦਾਦ ਤੱਕ ਕੀਤਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਸਾਨੂੰ ਅਲੱਗ ਅਲੱਗ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਾਡੇ ਜਿਹੜੇ ਕਮਿਊਨਿਟੀ ਦੇ ਸਿੱਖ ਕੌਮ ਦੇ ਵਲੰਟੀਅਰ ਆ, ਭਾਵੇਂ ਕਿ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਵੈਲਫੇਅਰ ਕੌਂਸਲ ਦੀ ਆਪ ਜੀ ਨੇ ਜ਼ਿਕਰ ਕੀਤਾ, ਪਰ ਨਾਲ ਦੀ ਨਾਲ ਮੈਂ ਸਮਝਦਾ ਇਹਦੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਦਾ, ਜਥੇਬੰਦੀਆਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਹਿਯੋਗ ਆਉਂਦਾ, ਜਿਹਦੇ ਵਿੱਚ ਸਿੱਖ ਸੈਂਟਰ ਆਫ ਨਿਊਯਾਰਕ ਇੱਕ ਕੁਵੀਨ ਵਿਲੇਜ ਦੀ ਪ੍ਰਬੰਧਕ ਕਮੇਟੀ ਔਰ ਸੰਗਤਾਂ ਨੇ ਰਲ ਕੇ ਸਹਿਯੋਗ ਕੀਤਾ, ਗੁਰਦੁਆਰਾ ਸਾਹਿਬ ਸੰਤ ਸਾਗਰ, ਗੁਰਦੁਆਰਾ ਸਾਹਿਬ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ, ਈਵਨ ਦਵਿੰਦਰ ਸਿੰਘ ਬੁੱਪਰਾਏ ਜਿਹੜੇ ਸਿੱਖਲ ਸਟੱਡੀ ਦੇ ਪ੍ਰਧਾਨ, ਉਹਨਾਂ ਦੀ ਵੀ ਮੈਨੂੰ ਕਾਲ ਸੀਗੀ ਵੀ ਹਿੰਮਤ ਸਿੰਘ ਜੀ ਤੁਸੀਂ ਬਹੁਤ ਵਧੀਆ ਕਰਦੇ ਹੋ, ਸਾਡੇ ਲਾਇਕ ਕੋਈ ਸੇਵਾ ਹੋਈ ਤਾਂ ਜ਼ਰੂਰ ਆ। ਸੋ ਮੈਂ ਸਮਝਦਾ ਉਸ ਤੋਂ ਬਾਅਦ ਜੇ ਗੱਲ ਕਰਦੇ ਹਾਂ ਆਪਾਂ ਯੂਨਾਈਟਿਡ ਸਿੱਖ ਜਿਹੜੀ ਜਥੇਬੰਦੀ ਹਰਦਿਆਲ ਸਿੰਘ ਹੋਣੀ ਆ, ਅਸੀਂ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਤੇ ਨਾਲ ਅਸੀਂ ਪੂਰੇ ਉਤਸ਼ਾਹ ਦੇ ਨਾਲ ਇਹ ਸੇਵਾ ਨੂੰ ਕੰਟੀਨਿਊਟੀ ਰੱਖਿਆ ਹੁਣ ਤੱਕ। ਔਰ ਜਸਵਿੰਦਰ ਸਿੰਘ ਜੌਹਲ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਦੇ ਜਿਹੜੇ ਮਾਲਕ ਆ, ਹਰਮੇਲ ਸਿੰਘ ਦੁਸਾਂਝ ਔਰ ਹੋਰ ਕਾਫੀ ਭਰਾਵਾਂ ਨੇ ਜਿਹਨਾਂ ਨੇ ਸਹਿਯੋਗ ਕੀਤਾ। ਨੋ ਡਾਊਟ ਕਿ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ, ਨਿਊਯਾਰਕ ਦੇ ਵਿੱਚ ਵੱਡੀ ਤਾਦਾਦ ਵੱਡੇ ਪੱਧਰ ਤੇ ਸੇਵਾਵਾਂ ਜੰਗੀ ਪੱਧਰ ਤੇ ਚੱਲੀਆਂ, ਔਰ ਨਾਲ ਨਾਲ ਕਨੈਕਟੀਕਟ ਦੇ ਵਿੱਚ ਸਰਦਾਰ ਸਵਰਨਜੀਤ ਸਿੰਘ ਖਾਲਸਾ, ਉਹਨਾਂ ਨੇ ਮੋਰਚਾ ਲਾਇਆ ਵਰਲਡ ਸਿੱਖ ਪਾਰਲੀਮੈਂਟ ਵੱਲੋਂ, ਉਹ UNNGO ਕੌਂਸਲ ਦੇ ਮੈਂਬਰ ਆ। ਸੋ ਗੁਰਨਿੰਦਰ ਸਿੰਘ ਧਾਲੀਵਾਲ ਵੈਲਫੇਅਰ ਕੌਂਸਲ ਦੇ ਮੈਂਬਰ ਆ ਮੈਸਾਚੂਸਟਸ ਦੇ ਵਿੱਚ, ਉਹਨਾਂ ਨੇ ਹੁਣ ਤੱਕ ਲਗਾਤਾਰ ਜਿਹੜਾ ਲੰਗਰ ਦੀਆਂ ਸੇਵਾਵਾਂ ਕੀਤੀਆਂ। ਉਹ ਕਲਾਮਾਂ ਦੇ ਵਿੱਚ ਬੱਚੀ ਆ ਸਾਡੀ ਅਮੈਰੀਕਾ ਰੀਜਨ ਦੀ ਵਰਲਡ ਸਿੱਖ ਪਾਰਲੀਮੈਂਟ ਦੀ ਜਨਰਲ ਸੈਕਟਰੀ, ਔਰ ਉਸ ਬੱਚੀ ਨੇ ਆਪਣੇ ਪੂਰੇ ਪਰਿਵਾਰ ਔਰ ਸੰਗਤਾਂ ਦੇ ਨਾਲ ਰਲ ਕੇ ਹੋਮਲੈਸ ਲੋਕਾਂ ਤੱਕ ਜਿਹੜੇ ਮਾਸਕ ਹੋਣ, ਹੈਂਡ ਸੈਨੀਟਾਈਜ਼ਰ ਹੋਣ ਜਾਂ ਲੰਗਰ ਦੀਆਂ ਸੇਵਾਵਾਂ, ਉਹ ਸਾਰੀਆਂ ਉੱਥੇ ਪਹੁੰਚਾਉਣ ਦੀ ਕਿਰਪਾਲਤਾ ਕੀਤੀ। ਨਾਲ ਦੀ ਨਾਲ ਮੈਂ ਜ਼ਿਕਰ ਕਰਦਾ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਸਰਦਾਰ ਡਾਕਟਰ ਪ੍ਰਿਤਪਾਲ ਸਿੰਘ ਜੀ ਕੈਲੀਫੋਰਨੀਆ ਤੋਂ, ਜਸਵੰਤ ਸਿੰਘ ਹੋਠੀ ਪ੍ਰਧਾਨ ਜਿਹੜੇ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਜਿੱਥੇ ਸਾਨੂੰ ਇੱਥੇ ਵੀ ਸਹਿਯੋਗ ਕੀਤਾ, ਨਾਲ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਅਮਰਦੀਪ ਸਿੰਘ, ਜਤਿੰਦਰ ਸਿੰਘ, ਜਤਿੰਦਰਵੀਰ ਸਿੰਘ ਸਟਾਕਟਨ ਦੇ ਵਿੱਚ ਟਰੱਕ ਭਰ ਭਰ ਕੇ ਖੁੱਲੇ ਲੰਗਰ ਵਰਤਾਏ ਗਏ ਗਰੋਸਰੀ ਦੇ ਉਹਨਾਂ ਜ਼ਰੂਰਤਮੰਦ ਲੋਕਾਂ ਤੱਕ, ਸ਼ਟਲ ਦੇ ਵਿੱਚ, ਮਤਲਬ ਮੈਂ ਇਹ ਕਹਿਣਾ ਕਿ ਵਰਲਡ ਸਿੱਖ ਪਾਰਲੀਮੈਂਟ ਦੀ ਜਿੱਥੇ ਤੱਕ ਅਪਰੋਚ ਸੀ, ਅਸੀਂ ਸਾਰੇ ਵੀਰਾਂ ਨੂੰ ਜੇ ਪਹਿਲ ਅਸੀਂ March 22 ਨੂੰ ਨਿਊਯਾਰਕ ਦੀ ਧਰਤੀ ਤੇ ਝੰਡਾ ਚੱਕਿਆ, ਸਰਦਾਰ ਬਲਜਿੰਦਰ ਸਿੰਘ ਨਾਲ ਬੈਠੇ ਆ, ਸਭ ਟਰਮੀਨੇਸ਼ਨ ਕੌਂਸਲ ਦੇ ਮੈਂਬਰ ਆਏ ਪਾਰਲੀਮੈਂਟ ਦੇ, ਇਹ ਮੈਨੂੰ ਪਹਿਲੇ ਦਿਨ ਤੋਂ ਵੀ ਕਹਿੰਦੇ ਰਹੇ, ਹਾਲੇ ਜਦੋਂ ਬਿਮਾਰੀ ਦੀ ਇੱਥੇ ਜਿਹੜੀ ਉਹ ਵਧੀ ਵੀ ਨਹੀਂ ਸੀ ਅਮੈਰੀਕਾ ਦੇ ਵਿੱਚ, ਨਿਊਯਾਰਕ ਦੇ ਵਿੱਚ ਕੋਈ ਇੱਕਾ ਦੁੱਕਾ ਕੇਸ ਸੀ, ਕਿ ਹਿੰਮਤ ਸਿੰਘ ਵੀ ਇਹ ਲੋੜ ਪੈਣੀ ਆਪਾਂ ਝੰਡਾ ਖਾਲਸੇ ਦਾ ਚੱਕਣਾ। ਸੋ ਅਸੀਂ ਝੰਡਾ ਚੱਕਿਆ ਮਹਾਰਾਜ ਦੀ ਬਖਸ਼ ਦੇ ਨਾਲ, ਸਿੰਘਾਂ ਨੇ ਉਤਸ਼ਾਹ ਦਿੱਤਾ, ਤੇ ਅੱਜ ਅਸੀਂ ਨਿਊਯਾਰਕ ਟਾਈਮ ਅਖਬਾਰ ਦੇ ਵਿੱਚ 1.5 ਪੇਜ ਦਾ ਆਰਟੀਕਲ ਹੋਵੇ ਜਾਂ ਬਲੂਮਬਰਗ ਮੀਡੀਆ ਹੋਵੇ
ਜਾਂ ਹੋਰ ਕਿੰਨੇ ਚੈਨਲ ਜਿਹੜੇ ਆ ਇੰਡੀਆ ਦੇ ਜਿਹੜੇ ਮਤਲਬ ਆਪਾਂ ਉਹਨਾਂ ਨੂੰ ਪ੍ਰੋ ਇੰਡੀਆ ਚੈਨਲ ਵੀ ਕਹਿੰਦੇ ਆ, ਉਹਨਾਂ ਨੇ ਦੇਖਿਆ ਵੀ ਜਦੋਂ ਨਿਊਯਾਰਕ ਟਾਈਮਸ ਵਰਗੇ ਅਖਬਾਰ ਦੇ ਵਿੱਚ ਮਾਰਨ ਹਾਫ ਪੇਜ ਦਾ ਆਰਟੀਕਲ ਲੱਗਦਾ ਆ ਤੇ ਫਿਰ ਸਾਨੂੰ ਜਿਹੜੀਆਂ ਅਪਰੋਚਾਂ ਹਰ ਇੱਕ ਮੀਡੀਆ ਨੇ ਕੀਤੀਆਂ, ਨੋ ਡਾਊਟ ਸਾਡਾ ਆਪਣਾ ਪੰਥਕ ਚੈਨਲ TV84 ਹਮੇਸ਼ਾ ਪੰਥ ਦੀ ਗੱਲ ਕਰਨ ਦੇ ਵਿੱਚ ਮੋਰੀ ਭੂਮਿਕਾ ਨਿਭਾਉਂਦਾ ਆ। ਸੋ ਇਹ ਲੰਗਰ ਦੀਆਂ ਸੇਵਾਵਾਂ ਭਾਈ ਅਮਰਵੀਰ ਸਿੰਘ ਜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਵਰਲਡ ਕੌਂਸਲ ਵਰਲਡ ਸਿੱਖ ਪਾਰਲੀਮੈਂਟ ਨੇ ਪੂਰੇ ਉਤਸ਼ਾਹ ਦੇ ਨਾਲ ਕੀਤੀਆਂ ਔਰ ਇਹਦੇ ਵਿੱਚ ਪੂਰਾ ਪੂਰਾ ਸਹਿਯੋਗ ਜਿਹੜਾ ਯੂਨਾਈਟਿਡ ਸਿੱਖ ਜਥੇਬੰਦੀ ਦਾ ਹਰਦਿਆਲ ਸਿੰਘ ਉਹਨਾਂ ਦੇ ਨਾਲ ਸਮੇਂ ਸਮੇਂ ਤੇ ਗੱਲ ਹੁੰਦੀ ਰਹੀ ਆ। ਸੋ ਅਸੀਂ ਪੂਰੇ ਉਤਸ਼ਾਹ ਦੇ ਨਾਲ ਕੀਤਾ ਕਿਉਂਕਿ ਸਾਡੇ ਚ ਇਸ ਮੌਕੇ ਤੇ ਸਿੱਖਾਂ ਦੇ ਵਿੱਚ ਮੈਂ ਸਮਝਦਾ ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਉਹ ਪਾਵਰ ਜਦੋਂ ਮੀਡੀਆ ਵਾਲੇ ਵੀ ਕਰਦੇ ਆ ਕੁਐਸਚਨ ਵੀ ਤੁਹਾਨੂੰ ਪਾਵਰ ਕਿੱਥੋਂ ਰਾਜੀ ਕਿੱਥੋਂ ਮਿਲਦੀ ਆ, ਸੋ ਅਸੀਂ ਕਹਿੰਦੇ ਵੀ ਸਾਡੇ ਗੁਰੂਆਂ ਦੀਆਂ ਬਲੈਸਿੰਗ ਆ, ਸਾਡੇ ਗੁਰੂਆਂ ਦੀਆਂ ਬਖਸ਼ਿਸ਼ਾਂ ਅਸੀਸਾਂ ਸਾਡੇ ਸਿਰ ਤੇ ਆ, ਥਾਪੜਾ ਆ ਗੁਰੂਆਂ ਦਾ, ਉਹਨਾਂ ਦੇ ਇਤਿਹਾਸ ਤੋਂ ਸੇਧ ਲੈਂਦੇ ਆ ਤੇ ਸਾਡੇ ਚ ਇੱਕ ਉਤਸ਼ਾਹ ਬਣ ਜਾਂਦਾ ਆ, ਅਸੀਂ ਸੇਵਾ ਲਈ ਆਪ ਮਹਾਰੇ ਜਿਹੜੀਆਂ ਸੰਗਤਾਂ ਨਿਕਲ ਪੈਂਦੀਆਂ ਆ। ਸੋ ਇਹ ਬਖਸ਼ਿਸ਼ ਗੁਰੂ ਦੀ ਸੀਗੀ। ਅੱਜ ਜੇ ਅਸੀਂ 9/11 ਦੀ ਗੱਲ ਕਰਦੇ ਹਾਂ ਜਾਂ ਸੰਦੀਪ ਸਿੰਘ ਧਾਲੀਵਾਲ ਸਾਡਾ ਡਿਪਟੀ ਜਿਹੜਾ ਸ਼ਹੀਦ ਹੋਇਆ ਸਿੰਘ ਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹਦੀ ਉਹਨੂੰ ਉੱਥੇ ਗੋਲੇ ਨੇ ਗੋਲੀ ਦੇ ਨਾਲ ਜਿਹੜਾ ਆਪਾਂ ਸਾਰੇ ਕੇਸ ਜਾਣਦੇ ਹਾਂ। ਸੋ ਮੈਂ ਸਮਝਦਾ ਉਸ ਵੇਲੇ ਅਮੈਰੀਕਨ ਮੀਡੀਆ ਨੇ ਪੂਰੀ ਗੱਲ ਕੀਤੀ ਆ ਸਿੱਖ ਕੌਮ ਦੀ, ਤੇ ਚਾਹੇ ਉਹ 9/11 ਵੇਲੇ ਹਾਈਟ ਕਰਾਈਮ ਹੋਏ ਸਿੱਖਾਂ ਦੇ ਨਾਲ, ਪਰ ਅੱਜ ਇਹ ਮੈਂ ਖਾਸ ਕਰਕੇ ਆਪਣੇ ਵਰਲਡ ਸਿੱਖ ਪਾਰਲੀਮੈਂਟ ਦੇ ਸਾਰੇ ਵਲੰਟੀਅਰ ਵੈਲਫੇਅਰ ਕੌਂਸਲ ਦੇ ਹੋਣ ਚਾਹੇ ਦੂਜੀਆਂ ਜਥੇਬੰਦੀਆਂ ਦਾ ਸਹਿਯੋਗ ਹੋਵੇ ਗੁਰਦੁਆਰਾ ਸਾਹਿਬ ਕਮੇਟੀ ਦਾ, ਜੇ ਅੱਜ ਜੇ ਅਮੈਰੀਕਨ ਮੀਡੀਆ ਗੱਲ ਕਰ ਰਿਹਾ ਸਿੱਖਾਂ ਦੇ ਇਸ ਕਾਰਜ ਦੀ, ਤਾਂ ਉਹ ਮਿਹਨਤ ਦੇ ਸਦਕਾ ਇਹ ਸਿੰਘਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਔਰ ਗੁਰੂ ਸਾਹਿਬ ਦੀ ਬਖਸ਼ਿਸ਼, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਪਿਤਾ ਜੀ ਦੀ ਬਖਸ਼ਿਸ਼ ਆ ਗੁਰੂਆਂ ਦੀ, ਤੇ ਉਹਦੇ ਨਾਲ ਅੱਜ ਸਿੱਖ ਕੌਮ ਦਾ ਸਿਰ ਜਿਹੜਾ ਆ ਉਹ ਕੁੱਲ ਦੁਨੀਆਂ ਦੇ ਵਿੱਚ ਉੱਚਾ ਹੋਇਆ ਕਿ ਇਹ ਲੋਕ ਜਿਹੜੇ ਆ ਦਸਤਾਰਾਂ ਵਾਲੇ ਕੇਸ ਦਾੜੇ ਰੱਖੇ ਆ, ਅੰਮ੍ਰਿਤ ਛਕੇ ਆ, ਪੱਕੇ ਕਕਾਰ ਪਹਿਨੇ ਆ, ਅਨੰਦਪੁਰ ਦਾ ਵਾਸੀ ਖਾਲਸਾ ਜਿਹੜਾ ਆ ਉਹ ਕੁੱਲ ਦੁਨੀਆਂ ਦੇ ਵਿੱਚ ਇਹ ਪੀਸਫੁਲ ਲੋਕ ਆ ਔਰ ਇਹ ਭੁੱਖਿਆਂ ਨੂੰ ਹਮੇਸ਼ਾ ਆਪਣੇ ਗੁਰੂਆਂ ਦੇ ਲੈਸਨ ਸਿਕਸ਼ਾਵਾਂ ਦੇ ਚੱਲਦੇ ਹੋਏ ਹਰ ਇੱਕ ਜਗ੍ਹਾ ਤੇ ਵਿਸ਼ਵ ਦੇ ਕਿਸੇ ਕੋਨੇ ਦੇ ਕੋਈ ਆਫਤਾ ਆ ਜਾਵੇ ਉੱਥੇ ਇਹ ਪਹੁੰਚਦੇ ਆ। ਜੀ ਬਿਲਕੁਲ ਬਲਜਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਬਤ, ਜਿਵੇਂ ਹਿੰਮਤ ਸਿੰਘ ਹੋਰਾਂ ਨੇ ਸਾਰਾ ਜਿਹੜਾ ਹੈ ਡਿਟੇਲ ਦੇ ਵਿੱਚ ਦੱਸਿਆ ਸ਼ੁਰੂਆਤ ਤੋਂ ਲੈ ਕੇ ਕਿਵੇਂ ਕਿਵੇਂ ਹੁਣ ਅਸੀਂ ਕਿਸ ਮੁਕਾਮ ਤੱਕ ਪਹੁੰਚੇ ਆ, ਤੇ ਜੇ ਪਿਛੋਕੜ ਵੱਲ ਵੀ ਨਜ਼ਰ ਮਾਰਨੀ ਹੋਵੇ 9/11 ਦਾ ਜ਼ਿਕਰ ਹੋਇਆ, ਇੱਕ ਸਮਾਂ ਸੀ ਜਦੋਂ ਆਈਡੈਂਟੀ ਦੇ ਨਾਂ ਦੇ ਉੱਤੇ ਸਿੱਖਾਂ ਦੇ ਨਾਲ ਵਿਤਕਰਾ ਵੀ ਹੁੰਦਾ ਸੀ ਤੇ ਇਹ ਗੱਲ ਵੀ ਹੁੰਦੀ ਸੀ ਵੀ ਸਾਡਾ ਕੇਸ ਤੇ ਦਾੜਾ ਆ ਜਿਹੜਾ ਉਹ ਇੱਕ ਸਸਪੀਸ਼ੀਅਸ ਤੌਰ ਤੇ ਲੋਕ ਦੇਖਦੇ ਸੀ ਨਜ਼ਰ ਹੈਗੀ, ਅੱਜ ਵੀ ਉਹ ਪਾਠ ਹੁੰਦਾ ਪਰ ਕਿਤੇ ਨਾ ਕਿਤੇ ਜਿਹੜਾ ਇਹ ਮੈਸੇਜ ਗਿਆ ਸੁਨੇਹਾ ਗਿਆ ਵੱਡੇ ਲੈਵਲ ਦੇ ਉੱਤੇ ਉਹ ਸਾਡੀ ਪਹਿਚਾਣ ਤੇ ਵੱਖਰੀ ਹੋਂਦ ਨੂੰ ਵੀ ਹੁਲਾਰਾ ਦਿੰਦਾ ਇਹਨਾਂ ਮੁਲਕਾਂ ਦੇ ਵਿੱਚ ਬੈਠਿਆ ਹੋਇਆ, ਤੇ ਕਿਵੇਂ ਦਾ ਰਿਸਪੋਂਸ ਕਿਵੇਂ ਦਾ ਮਿਲਿਆ ਜਦੋਂ ਲੋਕਾਂ ਦੇ ਵਿੱਚ ਤੁਸੀਂ ਜਾ ਕੇ ਵਿਚ ਰਹੇ ਹੋ ਤੇ ਮੀਡੀਆ ਰਾਹੀਂ ਵੀ ਅਮਰੀਕਨਾਂ ਤੱਕ ਲੋਕਾਂ ਤੱਕ ਗੱਲ ਗਈ ਹੈ, ਤੇ ਰਿਸਪੋਂਸ ਉਹਨਾਂ ਵੱਲੋਂ ਕਿਵੇਂ ਦਾ ਦੇਖਣ ਨੂੰ ਮਿਲਿਆ ਸਾਰੇ ਟਾਈਮ ਦੇ ਵਿੱਚ? ਹਾਂਜੀ ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ TV84 ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜਿਹੜਾ ਲੰਗਰ ਦੀ ਪ੍ਰਥਾ ਗੁਰੂ ਸਾਹਿਬ ਨੇ ਚਲਾਈ ਹੈ, ਪਹਿਲਾਂ ਪੰਗਤ ਫਿਰ ਸੰਗਤ, ਤੇ ਪੰਗਤ ਵਿੱਚ ਬੈਠ ਕੇ ਇੱਕ ਸਾਰ ਬੈਠ ਕੇ ਸਾਰਿਆਂ ਨੂੰ ਲੰਗਰ ਚਲਾਇਆ ਗੁਰੂ ਸਾਹਿਬ ਨੇ, ਚਾਹੇ ਕੋਈ ਇੱਥੇ ਰਾਜਾ ਆ ਤੇ ਚਾਹੇ ਕੋਈ ਉੱਥੇ ਗਰੀਬ ਆਦਮੀ ਹੈ, ਉਹਨੂੰ ਇੱਕ ਪੰਗਤ ਚ ਬਿਠਾਇਆ। ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਉਸ ਸਮੇਂ ਦਾ ਜਿਹੜਾ ਦੁਨਿਆਵੀ ਬਾਦਸ਼ਾਹ ਆ ਅਕਬਰ ਆਇਆ ਹੈ। ਅਕਬਰ ਨੂੰ ਗੁਰੂ ਸਾਹਿਬ ਨੇ ਪਹਿਲਾਂ ਕਿਹਾ ਵੀ ਤੂੰ ਪਹਿਲਾਂ ਲੰਗਰ ਛਕ, ਉਹ ਲੰਗਰ ਛਕਿਆ ਉਸਨੇ ਪੰਗਤ ਦੇ ਵਿੱਚ ਬੈਠ ਕੇ, ਬੜਾ ਪ੍ਰਸੰਨ ਹੋਇਆ ਲੰਗਰ ਛਕ ਕੇ। ਉਸ ਤੋਂ ਬਾਅਦ ਉਹਨੇ ਸੋਚਿਆ ਵੀ ਭਾਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਕਹਿੰਦਾ ਜੀ ਵੀ ਭਾਈ ਇੱਥੇ ਤੁਸੀਂ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਹੋ ਤੇ ਮੈਂ ਲੰਗਰ ਦੇ ਨਾਂ ਤੇ ਜਗੀਰਾਂ ਲਾਉਣਾ ਤਾਂ ਕਿ ਜਿਹੜਾ ਲੰਗਰ ਦੀ ਦੁਨੀਆਂ ਤੱਕ ਚੱਲੇ। ਪਰ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਭਾਈ ਨਾ ਨਾ ਨਾ, ਇਹ ਕਿਸੇ ਸਰਕਾਰਾਂ ਦੇ ਜਾਂ ਬਾਦਸ਼ਾਹਾਂ ਦੀਆਂ ਜਗੀਰਾਂ ਨਾਲ ਚੱਲਣ ਵਾਲਾ ਲੰਗਰ ਨਹੀਂ ਹੈ,
ਇਹਦੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਥੋੜੇ ਜਿਹੇ ਪੈਸਿਆਂ ਦੇ ਨਾਲ ਚਲਾਇਆ, ਜਿਹੜਾ ਕਿ ਕਿਰਤੀ ਗੁਰਸਿੱਖਾਂ ਦੇ ਦਸਵੰਧ ਦੇ ਨਾਲ ਚੱਲੂਗਾ। ਉਹ ਗੁਰੂ ਸਾਹਿਬ ਦੇ ਸਮੇਂ ਤੋਂ ਜਿਹੜਾ ਕਿਰਤੀ ਗੁਰਸਿੱਖ ਆ ਆਪਣਾ, ਜਿੰਨਾ ਵੀ ਉਹਦਾ ਦਸਵੰਧ ਆ, ਜਿੰਨਾ ਵੀ ਗੁਰੂ ਸਾਹਿਬ ਉਹਨੂੰ ਬਖਸ਼ਦੇ ਨੇ, ਉਹਦੇ ਹਿਸਾਬ ਦੇ ਨਾਲ ਲੰਗਰ ਸ਼ੁਰੂ ਹੋਇਆ। ਅੱਜ ਦੁਨੀਆਂ ਦੇ ਕੋਨੇ ਕੋਨੇ ਤੱਕ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਜਪੋ, ਵੰਡ ਛਕੋ, ਕਿਰਤ ਕਰੋ ਵਾਲੀ ਸਾਨੂੰ ਕੰਸੈਪਟ ਦਿੱਤਾ ਹੈ, ਉਸ ਚੀਜ਼ ਤੇ ਲਾਇ ਕੇ ਜਿਹੜਾ ਸਿੱਖ ਆ ਉਹ ਕਿਰਤ ਕਰਦਾ ਹੈ। ਪਹਿਲਾਂ ਨਾਮ ਜਪਦਾ, ਫਿਰ ਕਿਰਤ ਕਰਦਾ। ਜਦੋਂ ਕਿਰਤ ਕਰਦਾ ਉਹਦਾ ਹੱਥ ਕਾਰ ਵੱਲ, ਕੰਮ ਵੱਲ ਤੇ ਮਨ ਦਾ ਕਰਤਾਰ ਵੱਲ ਹੁੰਦਾ ਹੈ, ਤੇ ਉਸ ਮਨ ਵੱਲ ਕਰਤਾਰ ਵੱਲ ਹੁੰਦਾ ਜਦੋਂ ਕਿਰਤ ਕਰਦਾ ਸਿੱਖ, ਤੇ ਉਹਦੀ ਜਿਹੜੀ ਕਮਾਈ ਆ ਇਮਾਨਦਾਰੀ ਵਾਲੀ ਕਮਾਈ, ਉਹਦੇ ਚੋਂ ਦਸਵੰਧ ਕੱਢ ਕੇ ਉਹ ਗੁਰਦੁਆਰਾ ਸਾਹਿਬ ਲੈ ਕੇ ਜਾਂਦਾ ਹੈ, ਜਿੰਨਾ ਵੀ ਉਹਦੇ ਤੋਂ ਸਰਦਾ ਹੈ, ਫਿਰ ਉਸਦਾ ਲੰਗਰ ਬਣਦਾ ਹੈ, ਜਿਹੜਾ ਲੰਗਰ ਫਿਰ ਅੱਗੇ ਗਰੀਬਾਂ ਵਿੱਚ ਲੋੜਵੰਦਾਂ ਨੂੰ ਦਿੱਤਾ ਜਾਂਦਾ ਹੈ। ਸੋ ਜਦੋਂ ਲੰਗਰ ਅਸੀਂ ਬਾਹਰਲੇ ਦੇਸ਼ਾਂ ਵਿੱਚ ਆਉਂਦੇ ਹਾਂ, ਗੱਲ ਉੱਥੇ ਆਈ ਹੈ ਜਿਹੜੀ ਤੁਸੀਂ 9/11 ਤੋਂ ਬਾਅਦ ਦੀ ਗੱਲਬਾਤ ਕੀਤੀ ਹੈ। ਦੇਖੋ, ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਰਹੇ ਹਾਂ ਕਿ ਭਾਈ ਸਾਨੂੰ ਕੋਈ ਮੌਕਾ ਮਿਲੇ ਕਿ ਅਸੀਂ ਦੁਨੀਆਂ ਨੂੰ ਦੱਸ ਸਕੀਏ ਕਿ ਅਸੀਂ ਕੌਣ। 9/11 ਤੋਂ ਬਾਅਦ ਸਾਡੇ ਨਾਲ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਹੋਏ ਹੈ। ਸਾਨੂੰ ਇੱਥੇ ਦੇ ਲੋਕ, ਜਿਹੜੇ ਲੋਕ ਸਕੂਲਾਂ ਕਾਲਜਾਂ ਵਿੱਚ ਨਹੀਂ ਗਏ, ਉਹਨਾਂ ਨੂੰ ਇਹ ਪਤਾ ਨਹੀਂ ਕਿ ਸਿੱਖ ਧਰਮ ਇੱਕ ਬਹੁਤ ਹੀ ਪੀਸਫੁਲ ਧਰਮ ਹੈ। ਇਹ ਦੁਨੀਆ ਦੇ ਵਿੱਚ ਪੰਜਵਾਂ ਸਭ ਤੋਂ ਵੱਡਾ ਧਰਮ ਹੈਗਾ। ਇਹ ਨਿਊ ਏਜ ਧਰਮ ਹੈਗਾ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਭਨਾਂ ਨੂੰ ਇੱਕ ਅਕਾਲ ਪੁਰਖ ਦੇ ਨਾਲ ਜੋੜਿਆ ਕਿ ਅਸੀਂ ਸਾਰੇ ਇੱਕ ਪਿਤਾ ਦੇ ਬੱਚੇ ਹਾਂ, ਏਕ ਪਿਤਾ ਏਕ ਸਕੇ ਹਮ ਵਾਰਕ। ਇਹ ਸਾਡੇ ਵਿੱਚ ਕੋਈ ਰੇਸਿਜ਼ਮ ਨਹੀਂ ਹੈਗਾ, ਤੇ ਸਾਡੇ ਵਿੱਚ ਕੋਈ ਜਾਤ ਪਾਤ ਨਹੀਂ ਹੈਗੀ, ਤੇ ਸਾਨੂੰ ਇੱਕ ਪੰਗਤ ਵਿੱਚ ਬਿਠਾਇਆ ਮਾਲਕ ਨੇ। ਜਦੋਂ ਅਸੀਂ 9/11 ਤੋਂ ਬਾਅਦ ਅਸੀਂ ਤਰਲੇ ਕਰ ਲਏ ਕਿ ਭਾਈ ਅਸੀਂ ਕੋਸ਼ਿਸ਼ਾਂ ਬਹੁਤ ਕੀਤੀਆਂ, ਇਹ ਨਹੀਂ ਕਿ ਕੋਈ ਇਹੋ ਜਿਹਾ ਦਿਨ ਨਹੀਂ ਗਿਆ ਜਿਹੜੇ ਦਿਨ ਸਿੱਖ ਆ ਜਿਹੜੇ ਉਹ ਬਾਹਰ ਨਹੀਂ ਨਿਕਲੇ, ਲੇਕਿਨ ਮੌਕਾ ਸਾਨੂੰ ਓਨਾ ਨਹੀਂ ਮਿਲਿਆ ਜਿਹੜਾ ਇਹ ਮੌਕਾ ਹੁਣ ਜਿਹੜੇ ਬਲੈਕ ਲਾਈਫ ਮੈਟਰ ਦੇ ਪ੍ਰੋਟੈਸਟ ਚੱਲ ਰਹੇ ਆ, ਇਹਨਾਂ ਵਿੱਚ ਜਿਹੜਾ ਮੌਕਾ ਸਾਨੂੰ ਮਿਲਿਆ ਉਹ ਇੱਕ ਇਹੋ ਜਿਹਾ ਮੌਕਾ ਸੀਗਾ ਕਿ ਅਸੀਂ ਦੁਨੀਆਂ ਨੂੰ ਦੱਸ ਸਕੇ ਵੀ ਭਾਈ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ, ਜੋ 9/11 ਹੋਇਆ ਹੈ ਉਹਦੇ ਨਾਲ ਸਿੱਖਾਂ ਦਾ ਕੋਈ ਵਾਸਤਾ ਨਹੀਂ ਹੈ। ਸਮਾਂ ਕਿ ਸਾਡੀ ਕਮਿਊਨਿਟੀ ਚੋਂ ਕੁਛ ਬਹੁਤ ਸਾਰੇ ਲੋਕ ਜਿਹੜੇ ਵਰਲਡ ਟ੍ਰੇਡ ਸੈਂਟਰ ਦੇ ਕੰਮ ਕਰਦੇ ਸੀਗੇ, ਉਹਨਾਂ ਦੀਆਂ ਜਾਨਾਂ ਗਈਆਂ ਕਿ ਅਸੀਂ ਬਹੁਤ ਹੀ ਪੀਸਫੁਲ ਕੌਮ ਹੈਗੇ ਹਾਂ, ਤੇ ਸਾਡਾ ਇੱਦਾਂ ਦੇ ਵਾਇਲੈਂਸ ਦੇ ਨਾਲ ਦੁਨੀਆਂ ਵਿੱਚ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕੋਈ ਵਾਇਲੈਂਸ ਹੁੰਦੀ ਹੈ, ਸਿੱਖਾਂ ਦਾ ਕਿਸੇ ਵੀ ਹਿਸਾਬ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੈ। ਸੋ ਇੱਕ ਇਹ ਸਾਨੂੰ ਮੌਕਾ ਮਿਲਿਆ, ਅਸੀਂ ਬਾਹਰ ਨਿਕਲੇ ਹਾਂ, ਅਸੀਂ ਲੋਕਾਂ ਨੂੰ ਦੱਸਿਆ। ਅਸੀਂ ਜਾਂ ਲੋਕਾਂ ਨੂੰ ਪਹਿਲਾਂ ਅਸੀਂ COVID-19 ਦੀ ਵੀ ਗੱਲ ਕਰੀਏ, ਜਦੋਂ ਨਿਊਯਾਰਕ ਦੇ ਵਿੱਚ ਇਹ ਕੰਮ ਸ਼ੁਰੂ ਹੁੰਦਾ ਹੈ, ਇਸ ਤੋਂ ਪਹਿਲਾਂ ਤੁਸੀਂ ਵੀ ਦੇਖਿਆ ਹੋਊਗਾ ਮੀਡੀਆ ਵਿੱਚ ਲੋਕਾਂ ਨੇ ਗਰੋਸਰੀ ਇਕੱਠੀ ਕਰਨੀ ਸ਼ੁਰੂ ਕਰ ਲਈ, ਲੋਕ ਟੋਇਲਟ ਪੇਪਰਾਂ ਕਰਕੇ ਜਾਂ ਆਟੇ ਦੇ ਥੈਲੇ ਕਰਕੇ ਗਰੋਸਰੀ ਸਟੋਰਾਂ ਵਿੱਚ ਲੜਦੇ ਦੇਖੇ ਗਏ। ਉਹਨਾਂ ਨੇ ਮਤਲਬ ਉਹ ਜਿਹੀਆਂ ਜਿਹੜਾ ਇੱਕ ਡਰ ਪੈਦਾ ਹੋ ਗਿਆ ਵੀ ਭਾਈ ਪਤਾ ਨਹੀਂ ਸਾਡੀ ਗਰੋਸਰੀ ਮੁੱਕ ਜਾਣੀ ਹੈ ਜਾਂ ਅਸੀਂ ਭੁੱਖੇ ਮਰ ਜਾਣਾ। ਸਾਡੇ ਮਨ 'ਚ ਆ ਰਹੀ ਸੀ ਕਿ ਸ਼ਾਇਦ ਗੁਰੂ ਸਾਹਿਬ ਇਸ ਮੌਕੇ ਸਾਨੂੰ ਕੋਈ ਮੌਕਾ ਬਖਸ਼ਣਗੇ ਤੇ ਅਸੀਂ ਤਕੜੇ ਹੋ ਕੇ ਇਹ ਜਿਹੜੇ ਲੋਕ ਇਸ ਮੌਕੇ ਲੜ ਰਹੇ ਆ, ਜਿਹਨਾਂ ਨੂੰ ਗਰੋਸਰੀ ਨਹੀਂ ਮਿਲੀ, ਅਸੀਂ ਉਹਨਾਂ ਨੂੰ ਗਰੋਸਰੀ ਤੇ ਖਾਣਾ ਪਹੁੰਚਾਵਾਂਗੇ। ਸਾਡੇ ਮਨ ਦੀ ਇਹ ਗੱਲਬਾਤ ਸੀਗੀ। ਮੈਂ ਹਿੰਮਤ ਸਿੰਘ ਹੋਣਾ ਨੂੰ ਬੇਨਤੀ ਕੀਤੀ ਵੀ ਹਿੰਮਤ ਸਿੰਘ ਹੁਣ ਆਪਾਂ ਨੂੰ ਜ਼ਰੂਰਤ ਹੈਗੀ ਹੈ ਝੰਡਾ ਚੁੱਕਣ ਦੀ, ਤਾਂ ਕਿ ਅਸੀਂ ਬਾਹਰ ਨਿਕਲੀਏ, ਕਿਉਂਕਿ ਇਹ ਜਿਹੜਾ ਖੌਫ ਖ਼ਬਰਾਂ ਦੇ ਨਾਲ ਆ ਰਿਹਾ ਹੈ, ਲੋਕ ਆਪਣੀਆਂ ਗੱਡੀਆਂ ਵਿੱਚ ਫਿਊਲ ਭਰ ਰਹੇ ਨੇ, ਕਿਤੇ ਤੇਲ ਨਾ ਮੁੱਕ ਜਾਏ, ਗਰੋਸਰੀ ਜਮ੍ਹਾਂ ਕਰ ਰਹੇ ਨੇ, ਇਸ ਸਮੇਂ ਅਸੀਂ ਕੋਈ ਵੇਅਰ ਹਾਊਸ ਲੈ ਕੇ ਕੋਈ ਤਕੜੇ ਹੋ ਕੇ ਅਸੀਂ ਲੋਕਾਂ ਨੂੰ ਗਰੋਸਰੀ ਵੰਡਾਂਗੇ, ਅਸੀਂ ਅੱਗੇ ਲੰਗਰ ਵੀ ਵੰਡਾਂਗੇ, ਸਭ ਕੁਛ ਕਰਾਂਗੇ। ਸੋ ਅਸੀਂ ਉਹ ਸਭ ਕੁਛ ਕੀਤਾ। ਹਿੰਮਤ ਸਿੰਘ ਨੇ ਸਭ ਕੁਛ ਤੁਹਾਨੂੰ ਡਿਟੇਲ ਵਿੱਚ ਦੱਸ ਦਿੱਤਾ, ਮੈਂ ਉਹਨੂੰ ਰਿਪੀਟ ਨਹੀਂ ਕਰਨਾ। ਪਰ ਜਦੋਂ ਅਸੀਂ ਗਰੋਸਰੀ ਲੈ ਕੇ ਜਾਂ ਲੰਗਰ ਲੈ ਕੇ ਜਾਂਦੇ ਹਾਂ, ਜਦੋਂ ਅਸੀਂ ਲੋਕਾਂ ਨੂੰ ਟੇਬਲ ਲਾਉਂਦੇ ਹਾਂ, ਅਸੀਂ ਚਰਚਾਂ ਵਿੱਚ ਵੀ ਗਏ, ਉੱਥੇ ਟੇਬਲ ਦੂਸਰੀ ਕਮਿਊਨਿਟੀਆਂ ਦੇ ਵੀ ਲੱਗੇ ਨੇ, ਉੱਥੇ ਸਾਡੇ ਵੀ ਟੇਬਲ ਲੱਗੇ ਨੇ, ਉੱਥੇ ਗਰੀਬ ਲੋਕ ਨੇ, 7-7, 10-10 ਬਲੋਕ ਦੀਆਂ ਲਾਈਨਾਂ ਲਾ ਕੇ ਖੜੇ ਆ, ਜਿਹੜੇ ਤਕਰੀਬਨ ਪਿਛਲੇ 2-3 ਮਹੀਨੇ ਤੋਂ ਜਿਹਨਾਂ ਲੋਕਾਂ ਦੇ ਕੋਲ ਕੋਈ ਕੰਮ ਨਹੀਂ ਹੈ, ਜਿਹੜੇ ਲੋਕ ਸਿਰਫ 1-2 ਬਾਕਸ ਹਾਟ ਮੀਲ ਦੇ ਲਈ 1.5-1.5 2-2 ਘੰਟੇ 3-3 ਘੰਟੇ ਲਾਈਨ ਵਿੱਚ ਵੇਟ ਕਰ ਸਕਦੇ ਨੇ,
ਤੁਸੀਂ ਆਪ ਹਿਸਾਬ ਲਾਵੋ ਕਿੰਨੇ ਜ਼ਰੂਰਤਮੰਦ ਲੋਕ ਹੋਣਗੇ। ਜਦੋਂ ਉਹ ਸਾਡੇ ਕੋਲ ਪਹੁੰਚਦੇ ਆ, ਅਸੀਂ ਉਹਨਾਂ ਨੂੰ ਤਿੰਨ ਤਿੰਨ ਚਾਰ ਚਾਰ ਜਿਹੜੇ ਹਾਟ ਮੀਲ ਦੇ ਡੱਬੇ ਦਿੰਦੇ ਹਾਂ, ਫਿਰ ਉਹਨਾਂ ਨੂੰ ਗਰੋਸਰੀ ਦਿੰਦੇ ਹਾਂ, ਉਹਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਸਮਾਇਲ ਆਉਂਦੀ ਹੈ, ਉਹ ਸਮਾਇਲ ਦੇਖ ਕੇ ਸਾਨੂੰ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਹੀ ਲੰਗਰ ਚਲਾਇਆ ਸੀ, ਇਹ ਗਰੀਬਾਂ ਦੀ ਲੋੜਵੰਦਾਂ ਦੀ ਮਦਦ ਲਈ ਚਲਾਇਆ ਸੀ। ਤੇ ਗੁਰੂ ਸਾਹਿਬ ਕਹਾ ਸੀ ਵੀ ਗੁਰੂ ਦਾ ਸਿੱਖ ਇਸ ਜਗ੍ਹਾ ਤੇ ਜਾ ਕੇ ਆ ਕੰਮ ਕਰੂਗਾ। ਬੜੀ ਤਕੜੀ ਬਲੈਸਿੰਗ ਮਿਲਦੀ ਸਾਨੂੰ ਉਸ ਤੋਂ। ਅਸੀਂ ਚਰਚਾਂ ਵਿੱਚ ਵੀ ਗਏ, ਅਸੀਂ ਹੋਮਲੈਸ ਸ਼ੈਲਟਰਾਂ ਵਿੱਚ ਵੀ ਗਏ, ਅਸੀਂ ਹੋਸਪਿਟਲਾਂ ਵਿੱਚ ਵੀ ਗਏ। ਇੱਕ ਜਗ੍ਹਾ ਹਿੰਮਤ ਸਿੰਘ ਹੁਣੀ ਦੱਸਿਆ ਵੀ ਬਰੁਕਲਿਨ ਵਿੱਚ ਕੋਈ ਹੋਸਪਿਟਲ ਜਿਸ ਦਿਨ ਉੱਥੇ ਇਹ ਗਏ ਨੇ, ਮੈਂ ਇਹਨਾਂ ਦੇ ਨਾਲ ਨਹੀਂ ਸੀਗਾ ਉੱਥੇ। ਉਸ ਦੇ ਨਾਮ ਇਹਨਾਂ ਨੂੰ ਹੋਸਪਿਟਲ ਦੇ ਜਿਹੜਾ ਮੁਖੀ ਆ ਉਸਨੇ ਦੱਸਿਆ ਵੀ ਸਾਡਾ ਹੋਸਪਿਟਲ ਇਸ ਏਰੀਏ 'ਚ ਕੋਰੋਨਾ ਵਾਇਰਸ ਇੰਨਾ ਫੈਲ ਚੁੱਕਾ ਕਿ ਸਾਡੇ ਕੋਲ ਇਸ ਵੇਲੇ 93 ਡੈਡ ਬੋਡੀ ਪਈਆਂ ਅੱਜ ਦੇ ਦਿਨ ਦੀਆਂ, ਕੱਲ੍ਹ ਦੀਆਂ ਦੀ। ਸੋ ਇੰਨਾ ਭਿਅੰਕਰ ਸੀਨ ਉਸ ਮੌਕੇ 'ਤੇ ਦੇਖਣ ਨੂੰ ਮਿਲਦਾ ਸੀ, ਪਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੇ ਵਲੰਟੀਅਰ ਪੂਰੀ ਚੜ੍ਹਦੀ ਕਲਾ ਦੇ ਨਾਲ ਅੱਗੇ ਹੋ ਕੇ ਸੇਵਾ ਕਰਦੇ ਰਹੇ। ਜਦੋਂ ਪ੍ਰੋਟੈਸਟ ਦੇ ਵਿੱਚ ਗਏ ਨੇ, ਉਸ ਮੌਕੇ 'ਤੇ ਸਾਰੇ ਮੀਡੀਆ ਨੇ ਕਵਰ ਕੀਤਾ ਵੀ ਇਹ ਕੌਣ ਲੋਕ ਨੇ, ਇਹ ਜਿਹੜੇ ਪ੍ਰੋਟੈਸਟਰਾਂ ਨੂੰ ਜਿਹੜੇ ਆ ਕੇ ਖਾਣਾ ਖਵਾਉਂਦੇ ਨੇ, ਇਹਦੇ ਵਿੱਚ ਕੀ ਰਾਜ ਹੈ। ਉਸ ਮੌਕੇ 'ਤੇ ਅਸੀਂ ਉਹਨੂੰ ਦੱਸਿਆ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ, ਅਸੀਂ ਜੋ ਇਹ ਮੂਵਮੈਂਟ ਚੱਲੀ ਹੈ ਰੇਸਿਜ਼ਮ ਦੇ ਅਗੇਂਸਟ, ਅਸੀਂ ਇਹਦੇ ਨਾਲ ਸਹਿਮਤ ਹੈਗੇ ਹਾਂ, ਤੇ ਇਹ ਗੁਰੂ ਸਾਹਿਬ ਦੀ ਕਿਰਪਾ ਅਸੀਂ ਉਹ ਲੰਗਰ ਲੈ ਕੇ ਜਾ ਕੇ ਆਪਣਾ ਇਹ ਦੱਸਿਆ ਕਿ ਗੁਰੂ ਦਾ ਸਿੱਖ ਦਸਤਾਰਧਾਰੀ ਸਿੱਖ ਹੈ, ਅਸੀਂ ਪੀਸਫੁੱਲ ਹੋ ਕੇ ਹਾਂ, ਸਾਡਾ 9/11 ਦੇ ਨਾਲ ਕਿਸੇ ਚੀਜ਼ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵਾਹ ਨਹੀਂ ਹੈ। ਸਿੱਖਾਂ ਨੂੰ ਲੋਕਾਂ ਨੂੰ ਇਸ ਐਜੂਕੇਸ਼ਨ ਦੀ ਬਹੁਤ ਵੱਡੀ ਜ਼ਰੂਰਤ ਸੀ। ਹਾਂਜੀ ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਬੜਾ ਹੀ ਭਿਆਨਕ ਦੌਰ, ਇੱਕ ਐਗਜ਼ਾਮਪਲ ਦੇ ਤੌਰ ਤੇ ਵੀ ਜਿਸ ਮੁਕਾਮ ਦੇ ਉੱਤੇ ਜਿਸ ਦਿਨ ਦੇ ਇੱਕ ਦਿਨ ਦੇ ਵਿੱਚ ਉੱਥੇ 93 ਜਿਹੜੀਆਂ ਬੋਡੀਜ਼ ਨੇ ਉਹ ਪਈਆਂ ਨੇ, ਤੇ ਦੂਜੇ ਪਾਸੇ ਜਿਹੜਾ ਇਹ ਸੁਨੇਹਾ ਉਹ ਡਿਫਰੈਂਟ ਨਜ਼ਰੀਏ ਤੋਂ ਆ ਰਿਹਾ, ਪਰ ਇਸ ਮੁਕਾਮ ਦੇ ਵਿੱਚੋਂ ਜਾਂ ਇਸ ਇਹਨਾਂ ਔਖੀਆਂ ਘੜੀਆਂ ਦੇ ਵਿੱਚੋਂ ਜਿੱਥੇ ਅਸੀਂ ਅੱਜ ਵੀ ਲੰਘ ਰਹੇ ਹਾਂ, ਹੁਣ ਵੀ ਕੋਰੋਨਾ ਵਾਇਰਸ ਨਾਲ ਮੁੱਖ ਰੱਖਦੇ ਹਾਂ, ਜਿਹੜੇ ਕੇਸਿਸ ਨੇ ਅਮਰੀਕਾ ਭਰ ਦੇ ਵਿੱਚ ਭਾਵੇਂ ਨਿਊਯਾਰਕ ਦੇ ਵਿੱਚ ਇਸ ਵਕਤ ਨੰਬਰਸ ਡਾਊਨ ਆਏ ਆ, ਪਰ ਵੱਖ ਵੱਖ ਸਾਊਥ ਦੀਆਂ ਜਾਂ ਵੈਸਟ ਦੀਆਂ ਸਟੇਟਾਂ ਦੇ ਵਿੱਚ ਕੈਲੀਫੋਰਨੀਆ ਟੈਕਸਸ ਅਸੀਂ ਦੇਖਦੇ ਹਾਂ, ਉਧਰ ਨੰਬਰ ਹੁਣ ਵੱਧ ਰਹੇ ਆ। ਸੋ ਵੱਡੇ ਲੈਵਲ ਤੇ ਜਿਹੜਾ ਇਹ ਕਾਰਜ ਹੈ ਉਹ ਜਾਰੀ ਹੈ ਇਸ ਵਕਤ, ਉਹ ਲੰਗਰ ਦੀ ਜਿਹੜੀ ਪ੍ਰਥਾ ਹੈ ਗੁਰੂ ਨਾਨਕ ਸਾਹਿਬ ਦੀ ਇਹ ਸਿੱਖਾਂ ਵੱਲੋਂ ਅਮਰੀਕਾ ਭਰ ਦੇ ਵਿੱਚ ਚਲਾਈ ਜਾ ਰਹੀ ਹੈ। ਸੋ ਇੱਥੇ ਹਿੰਮਤ ਸਿੰਘ ਜੀ ਤੁਹਾਡੇ ਵੱਲ ਆਵਾਂ, ਜ਼ਿਕਰ ਕਰਦਿਆਂ ਪਿੱਛੇ ਜੋ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵਾਪਰ ਰਿਹਾ ਉਹਦਾ ਵੀ ਜ਼ਿਕਰ ਕਰਨਾ ਬਣਦਾ, ਜਿੱਥੇ ਸਾਰੇ ਨੂੰ ਮੁੱਖ ਰੱਖਦਿਆਂ ਅਸੀਂ ਦੇਖਿਆ ਇੱਥੇ ਲੰਗਰ ਲਾਏ ਜਾ ਰਹੇ ਆ। ਉੱਥੇ ਜਦੋਂ ਸ਼ਾਹੀਨ ਬਾਗ ਦੇ ਵਿੱਚ, ਜਿਵੇਂ ਇੱਥੇ ਰੇਸਿਜ਼ਮ ਦੇ ਖਿਲਾਫ ਪ੍ਰੋਟੈਸਟ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਹੈ, ਉੱਥੇ ਸ਼ਾਹੀਨ ਬਾਗ ਦੇ ਵਿੱਚ ਜਦੋਂ ਸਿੱਖਾਂ ਨੇ ਲੰਗਰ ਲਾਇਆ ਉਸਨੂੰ ਲੀਡ ਕਰ ਰਹੇ ਸੀ DS ਬਿੰਦਰਾ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ FIR ਦਰਜ ਕਰਕੇ ਹਿੰਸਾ ਭੜਕਾਉਣ ਤੇ ਇੱਕ ਕਾਂਸਟੇਬਲ ਦੀ ਡੈਥ ਦਾ ਜਿਹੜਾ ਮਾਮਲਾ ਹੈ ਉਹਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ, ਇਹ ਕਹਿ ਲਓ ਵੀ ਸਰਕਾਰ ਵੱਲੋਂ ਲੰਗਰ ਲਾਉਣ ਦਾ ਇਨਾਮ ਉਹਨਾਂ ਨੂੰ ਦਿੱਤਾ ਗਿਆ। ਸੋ ਸਿੱਧਾ ਇਹ ਸਵਾਲ ਉੱਠਦਾ ਵੀ ਕੀ ਹੁਣ ਸਿੱਖਾਂ ਦੇ ਲੰਗਰ ਦੇ ਉੱਤੇ ਵੀ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਨੂੰ ਰਿਸਪੋਂਸ ਨੇ ਸਰਕਾਰਾਂ ਵੱਲੋਂ ਇਸ ਤਰ੍ਹਾਂ ਨਿਵਾਜਿਆ ਜਾਵੇਗਾ। ਦੂਜੀ ਘਟਨਾ ਸਾਡੇ ਸਾਹਮਣੇ ਹੈਗੀ ਹੈ, ਅਸੀਂ ਜ਼ਿਕਰ ਕੀਤਾ UP ਦੇ ਵਿੱਚੋਂ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਜਿਹੜੀ ਉਜਾੜਨ ਦੀ ਲਾਈਨ ਹੈ ਉਹ ਦੇਖਣ ਨੂੰ ਮਿਲੀ ਹੈ। ਸੋ ਇਹ ਕੰਟਰਾਸਟ ਹੈ, ਇੱਕ ਪਾਸੇ ਅਸੀਂ ਕਿਸ ਨੀਅਤ ਦੇ ਨਾਲ, ਕਿਸ ਅਹਿਮੀਅਤ ਦੇ ਨਾਲ ਜਾਂ ਆਪਣਾ ਫਰਜ਼ ਸਮਝਦੇ ਹਾਂ ਲੋਕਾਈ ਦੀ, ਹਿਊਮੈਨਿਟੇਰੀਅਨਿਜ਼ਮ ਦੇ ਥੱਲੇ ਇੱਕ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਗੁਰੂ ਨਾਨਕ ਸਾਹਿਬ ਦਾ ਸਾਡੇ ਗੁਰੂਆਂ ਦਾ ਜੋ ਫਲਸਫਾ ਹੈ ਉਸ ਨੂੰ ਮੁੱਖ ਰੱਖਦੇ ਹੋਇਆ, ਪਰ ਦੂਜੇ ਪਾਸੇ ਉਹਦਾ ਦੂਜੇ ਪਾਸੇ ਸਰਕਾਰ ਵੱਲੋਂ ਭਾਰਤ ਦੇ ਵਿੱਚ ਕਿੱਦਾਂ ਦਾ ਰਵੱਈਆ ਜਿਹੜਾ ਹੈ ਉਹ ਰੱਖਿਆ ਗਿਆ ਸਾਡੇ ਪ੍ਰਤੀ। ਜੀ ਅਮਰਵੀਰ ਸਿੰਘ, ਦੇਖੋ ਇੱਕ ਗੱਲ ਤਾਂ ਪੂਰੀ ਕਲੀਅਰ ਆ ਵੀ ਜਿਹੜਾ ਬ੍ਰਾਹਮਣਵਾਦੀ ਸਰਕਾਰ ਜਿਹੜੀ ਇੰਡੀਆ ਗਵਰਨਮੈਂਟ ਸਟੇਟ ਜਿਹੜੀ ਇੰਡੀਆ ਸਟੇਟ ਆ ਜੀ, ਉਹ ਹਮੇਸ਼ਾ ਸ਼ਾਮ ਦਾਮ ਦੰਡ ਭੇਵ ਜਿਹੜਾ ਉਹਨਾਂ ਦੀ ਰਣਨੀਤੀ ਰਾਜਨੀਤੀ ਉਹਦੇ ਅਧੀਨ ਜਿਹੜਾ ਵੀ ਢੰਗ ਤਰੀਕਾ ਜਿੱਥੇ ਉਹ ਵਰਤ ਸਕਦੇ ਆ ਉਹਨੂੰ ਵਰਤਦੇ ਆ। ਉਹਨਾਂ ਨੇ ਹੁਣ ਸ਼ਾਹੀਨ ਬਾਗ ਦੇ ਵਿੱਚ ਜੋ ਪ੍ਰੋਟੈਸਟ ਚੱਲ ਰਹੇ ਉੱਥੇ ਜਿਹੜੇ ਉਹਨਾਂ ਦੇ ਕੇਸ ਪਾਉਣ ਦੀ ਗੱਲ, ਜਾਂ ਮੈਂ ਗੱਲ ਕਰਾਂ ਕਿ ਪਿਛਲੇ ਦਿਨੀ ਇੱਕ ਆਪਾਂ ਦੇਖਿਆ ਬੜੀ ਵਾਇਰਲ ਹੋਈ ਵੀਡੀਓ ਕਿ ਉਹਦੇ ਵਿੱਚ ਕੁਛ ਸਿੰਘ ਸਾਡੇ ਆਪਣੇ ਹੱਥਾਂ ਦੇ ਵਿੱਚ ਬੇੜੀਆਂ, ਗਲਾਂ ਦੇ ਵਿੱਚ ਬੇੜੀਆਂ ਪਾ ਕੇ ਪੈਰਾਂ ਦੇ ਵਿੱਚ ਉਹ ਲੰਗਰ ਤਿਆਰ ਕਰ ਰਹੇ, ਉਹਨਾਂ ਸਿੰਘਾਂ ਤੇ ਵੀ ਕੇਸ ਪਾਏ ਗਏ ਸੀ। ਉਹਨਾਂ ਨੇ ਦਰਸਾਇਆ ਕਿ ਤੁਸੀਂ ਇਸ ਚੰਗੇ ਕੌਜ ਲਈ, ਗੁੱਡ ਕੌਜ ਲਈ
ਹੰਦੇ ਉੱਤੇ ਭਾਵੇਂ ਕੇਸ ਪਾ ਲਓ ਜਾਂ ਭਾਵੇਂ ਸਾਨੂੰ ਜੇਲ੍ਹਾਂ 'ਚ ਡੱਕ ਦਿਓ, ਭਾਵੇਂ ਸਾਡੇ ਕਤਲ ਕਰ ਦਿਓ। ਇਹ ਇਹ ਜਿਹੜਾ ਬਾਬੇ ਨਾਨਕ ਦਾ ਦਰਸਾਇਆ ਰਾਹ ਆ, ਉਸ ਗੁਰੂਆਂ ਦੀ ਸਿੱਖਿਆ ਨੂੰ ਅਸੀਂ ਨਹੀਂ ਆਪਣੇ ਜੀਵਨ ਵਿੱਚੋਂ ਛੱਡ ਕੱਢ ਸਕਦੇ, ਨਾ ਛੱਡ ਸਕਦੇ। ਠੀਕ ਆ ਜੀ। ਸੋ ਉਹਨਾਂ ਨੇ ਦਰਸਾ ਦਿੱਤਾ ਸਿੰਘਾਂ ਨੇ ਭਾਵੇਂ ਸਾਡੇ ਤੇ ਕੇਸ ਪਾਉਣ। ਹੁਣ ਜਦੋਂ ਪੁਰਾਤਨ ਸਮਿਆਂ ਦੇ ਵਿੱਚ ਵੀ ਮੀਰ ਮੰਨੂ ਦੀ ਗੱਲ ਜਿਹੜੀ ਆ ਪੜਿਆ ਜਾਂਦਾ ਹੈ ਕਿ ਅਸੀਂ ਮੰਨੂ ਦੀ ਦਾਤਰੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਤੂਣ ਸਵਾਏ ਹੋਏ। ਉਹ ਸ਼ਬਦ ਜਿਹੜਾ ਆ ਮੈਂ ਸਮਝਦਾ ਬਈ ਅੱਜ ਵੀ ਭਾਵੇਂ ਉਸੇ ਤਰਜ ਦੇ ਉੱਤੇ ਢੰਗ ਤਰੀਕੇ ਬਦਲ ਗਏ ਹੋਣ, ਬਈ ਇਹ ਲੋਕ ਜਿਹੜੇ ਆ ਸਾਨੂੰ ਡਰਾ ਕੇ ਧਮਕਾ ਕੇ ਕਿ ਜੋ ਕਾਰਜ ਕਰਨੇ ਆ ਤੁਸੀਂ ਸਾਡੇ ਦੱਸੇ ਗਾਈਡਲਾਈਨਾਂ ਦੇ ਨਾਲ, ਜਿਹੜਾ ਬ੍ਰਾਹਮਣਵਾਦੀ ਗਾਈਡਲਾਈਨ ਆ ਉਹਦੇ ਮੁਤਾਬਕ ਕਰੋ। ਜਦਕਿ ਸਿੱਖ ਜਿਹੜਾ ਆ ਅੱਜ ਜਦੋਂ ਹੁਣ ਅਸੀਂ ਅਮੈਰੀਕਾ ਦੇ ਵਿੱਚ ਪ੍ਰੋਟੈਸਟਾਂ ਦੇ ਵਿੱਚ ਲੰਗਰ ਲੈ ਕੇ ਗਏ ਆ, ਤਾਂ ਅਮੈਰੀਕਨ ਮੀਡੀਏ ਨੇ ਸਾਡੇ ਤੇ ਕੋਈ ਪੱਖਪਾਤ ਦਾ ਜਾਂ ਕਿਸੇ ਕਿਸਮ ਦਾ ਇੰਡੀਗੇਸ਼ਨ ਨਹੀਂ ਲਾਇਆ, ਕਿਉਂਕਿ ਅਸੀਂ ਹਰ ਉਸ ਜਗ੍ਹਾ ਤੇ ਗਏ ਆ ਜਿੱਥੇ ਜ਼ਰੂਰਤਮੰਦ ਲੋਕਾਂ ਨੂੰ ਲੰਗਰ ਦੀ ਲੋੜ ਸੀ। ਸੋ ਮੈਂ ਸਮਝਦਾ ਆ ਹੁਣ ਇੰਡੀਅਨ ਸਟੇਟ ਨੂੰ ਸ਼ਾਹੀਨ ਬਾਗ ਵਾਲੇ ਪ੍ਰੋਟੈਸਟ ਮੁਜ਼ਾਹਰਿਆਂ ਤੋਂ ਜਿਹੜਾ ਖੌਫ ਆ, ਤਾਂ ਜਿਹੜਾ ਉਹਨਾਂ ਦੀ ਸਪੋਰਟ ਕਰੇਗਾ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਕੇਸ ਪਾਉਣੇ ਹੀ ਪਾਉਣੇ ਆ। ਉਹਨਾਂ ਨੇ ਉਹਨਾਂ ਨੂੰ ਡਰਾਉਣਾ ਧਮਕਾਉਣਾ ਵੀ ਤੁਸੀਂ ਇਹਨਾਂ ਦੀ ਸਪੋਰਟ ਨਾ ਕਰੋ, ਹਨਾ। ਸੋ ਮੇਰਾ ਕਹਿਣ ਤੋਂ ਭਾਵ ਇਹ ਆ, ਪਿਛਲੇ ਦਿਨੀ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਆ ਸਿਰਸਾ, ਉਹ ਲੰਗਰ ਤਾਂ ਜਾਂਦਾ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਤੋਂ ਬਣ ਕੇ ਤੇ ਦੂਜੇ ਜਿਹੜੇ ਸਾਡੇ ਗੁਰਦੁਆਰੇ ਇਤਿਹਾਸ ਕਹਿ ਕੇ ਦਿੱਲੀ ਦੇ ਵਿੱਚ ਜੀ, ਤੇ ਉਹ ਜਾ ਰਿਹਾ ਬੀਜੇਪੀ ਦੇ ਲੀਡਰਾਂ ਨੂੰ, ਤੇ ਬੀਜੇਪੀ ਦੇ ਲੀਡਰ ਜਿਹੜੇ ਉਹ ਖਾਣਾ ਜਿੱਥੇ ਲੈ ਕੇ ਜਾਂਦੇ ਆ ਉਹ ਉਹਨਾਂ ਦੀ ਵੋਟ ਬੈਂਕ ਦੀ ਰਾਜਨੀਤੀ ਆ। ਉੱਥੇ ਕਿਤੇ ਵੀ ਸਿੱਖ ਕਮਿਊਨਿਟੀ ਦਾ ਜ਼ਿਕਰ ਨਹੀਂ ਹੁੰਦਾ, ਕਿਤੇ ਗੁਰਦੁਆਰਾ ਸਾਹਿਬ ਦਾ ਜ਼ਿਕਰ ਨਹੀਂ ਹੁੰਦਾ ਕਿ ਇਹ ਸਿੱਖਾਂ ਨੇ ਲੰਗਰ ਭੇਜਿਆ ਜਾਂ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਤੋਂ ਆਇਆ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਤੋਂ ਆਇਆ, ਉਹ ਜ਼ਿਕਰ ਨਹੀਂ ਹੁੰਦਾ। ਉੱਥੇ ਲੰਗਰ ਬਣ ਕੇ ਗੁਰਦੁਆਰਾ ਸਾਹਿਬ ਤੋਂ ਜਾਂਦਾ, ਪਰ ਅੱਗੇ ਕੀ ਹੁੰਦਾ, ਮਨਜਿੰਦਰ ਸਿੰਘ ਸਿਰਸਾ ਦੇ ਕਹਿਣ ਤੇ ਉਹ ਲੰਗਰ ਜਿੱਥੇ ਜਾ ਰਿਹਾ ਉਹ ਲੰਗਰ ਬੀਜੇਪੀ ਦੇ ਲੀਡਰ ਆਪਣੀ ਬੀਜੇਪੀ ਪਾਰਟੀ ਨੂੰ ਉਭਾਰਨ ਵਾਸਤੇ, ਵੋਟਾਂ ਦੀ ਰਾਜਨੀਤੀ ਕਰਨ ਵਾਸਤੇ ਲੰਗਰ ਵਰਤਾਇਆ ਜਾ ਰਿਹਾ। ਸੋ ਇਸ ਤਰੀਕੇ ਦੇ ਹੱਥਕੰਡੇ ਜਿਹੜੇ ਆ ਉਸ ਸਟੇਟ ਕੰਟਰੀ ਦੇ ਵਿੱਚ ਹੋ ਰਹੇ ਆ। ਮੈਂ ਨਾਲ ਦੀ ਨਾਲ ਇੱਕ ਜ਼ਿਕਰ ਅਮਰਜੀਤ ਸਿੰਘ ਜੀ ਇਹ ਵੀ ਕਰਨਾ ਚਾਹੁੰਦਾ ਕਿ ਅਸੀਂ ਜੋ ਵਰਲਡ ਸਿੱਖ ਪਾਰਲੀਮੈਂਟ ਦੀਆਂ 10 ਕੌਂਸਲ ਆ, ਸੋ ਵਰਲਡ ਫੇਅਰ ਕੌਂਸਲ ਦੇ ਕਾਰਜ ਖੇਤਰ ਵਿੱਚ ਏਦਾਂ ਦੇ ਕਾਰਜ ਆਉਂਦੇ ਆ ਕਿ ਲੰਗਰ ਲਾਉਣਾ ਵਿਸ਼ਵ ਦੇ ਵਿੱਚ ਜਿੱਥੇ ਵੀ ਜ਼ਰੂਰਤ ਆ। ਸੋ ਪਰ ਜੇ ਅੱਜ ਖਾਲਿਸਤਾਨ ਦੀ ਗੱਲ ਜਿਹੜੀ ਕਿ ਸਿੱਖਾਂ ਦਾ ਕੌਮੀ ਘਰ ਦੀ ਗੱਲ ਆ, ਉਹਦੇ ਉੱਤੇ ਵੀ ਜਿਹੜੇ ਸਿੰਘ ਲੰਗਰ ਵਰਤਾ ਰਹੇ ਆ ਉਹ ਕੱਲ ਨੂੰ ਖਾਲਿਸਤਾਨ ਦੀ ਮਹਿਮ ਦੇ ਵਿੱਚ ਕਰ ਵੀ ਰਹੇ ਆ ਤੇ ਹੋਰ ਉੱਭਰ ਕੇ ਕੰਮ ਕਰਨਗੇ। ਇਹ ਮੰਨ ਜਾਣਿਓ ਕਿ ਇਹ ਲੰਗਰਾਂ ਵਾਲੇ ਹੀ ਆ, ਇਹ ਖਾਲਿਸਤਾਨ ਦੀ ਮਹਿਮ ਚਲਾਉਣ ਵਾਲੇ ਵੀ ਆ। ਤੇ ਹੁਣ ਅਸੀਂ ਪਿਛਲੇ ਦਿਨੀ ਆਪ ਜੀ ਨੇ ਹੁਣ ਜ਼ਿਕਰ ਕੀਤਾ ਕਿ ਯੂਪੀ ਦੇ ਵਿੱਚ ਜੋ ਸਿੱਖਾਂ ਦੇ ਨਾਲ ਦੁਰਵਿਹਾਰ ਹੋ ਰਿਹਾ ਜਿਹੜੇ ਸਿੱਖ ਕਿਸਾਨਾਂ ਦੇ ਨਾਲ ਜੀ, ਉਸ ਤੋਂ ਪਹਿਲਾਂ ਗੁਜਰਾਤ ਦੇ ਵਿੱਚ ਸਿੱਖਾਂ ਦੇ ਉਜਾੜੇ ਦੀ ਗੱਲ ਹੋਈ, ਔਰ ਭਾਰਤ ਦੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਗੁਰਦੁਆਰਾ ਸਾਹਿਬ ਗਿਆਨ ਗੋਦੜੀ, ਕੇਰਲਾ ਦੇ ਵਿੱਚ ਜਿਹੜਾ ਆ ਉਹ ਮੰਗੂ ਮੱਠ, ਔਰ ਦੂਜੇ ਗੁਰਦੁਆਰੇ ਗੁਰਦੁਆਰਾ ਡਾਂਗਮਾਰ ਸਾਹਿਬ ਅੰਦੌਰ ਦੇ ਵਿੱਚ ਤੋੜਿਆ ਗਿਆ ਮਿਊਂਸੀਪਲ ਆਰਐਸਐਸ ਦੇ ਗੁੰਡਿਆਂ ਵੱਲੋਂ। ਮੈਂ ਕਹਿੰਦਾ ਵੀ ਅੱਜ ਵਰਲਡ ਸਿੱਖ ਪਾਰਲੀਮੈਂਟ ਨੇ ਜਿਹੜੀ ਪਿਛਲੇ ਹਫ਼ਤੇ ਇੱਕ ਡੈਲੀਗੇਸ਼ਨ ਯੂਪੀ ਦੇ ਵਿੱਚ ਭੇਜਿਆ ਸੀ ਨੇਪਾਲ ਦੇ ਬਾਰਡਰਾਂ ਤੱਕ ਹੋ ਕੇ ਸਿੱਖ ਕਿਸਾਨਾਂ ਦੇ ਜਿਹੜੇ ਜਿਹੜੇ ਉਜਾੜੇ ਦੀ ਗੱਲ, ਯੂਪੀ ਦੇ ਚੀਫ ਜਿਹੜਾ ਮਿਨਿਸਟਰ ਆ ਆਦਿਤਿਆਨਾਥ ਯੋਗੀ ਮੁੱਖ ਮੰਤਰੀ, ਉਹਦੇ ਇਸ਼ਾਰਿਆਂ ਤੇ ਬੀਜੇਪੀ ਦੇ ਇਸ਼ਾਰਿਆਂ ਤੇ ਸਿੱਖ ਕਿਸਾਨਾਂ ਨੂੰ ਉਜਾੜੇ ਦੀ ਉਹ 47 ਦੇ ਵੇਲੇ ਹੀ ਉਹਨਾਂ ਖਿੱਤਿਆਂ ਵਿੱਚ ਫਸੇ ਹੋਏ ਜੰਗਲਾਂ ਨੂੰ, ਪਥਰੀਲੀਆਂ ਜ਼ਮੀਨਾਂ ਨੂੰ ਆਬਾਦ ਕੀਤਾ, ਉਪਜਾਊ ਕੀਤਾ। ਅੱਜ ਉਹ ਜ਼ਮੀਨਾਂ ਜਿਹੜੀਆਂ ਸੋਨਾ ਉਗਲਦੀਆਂ, ਤੇ ਇਹਨਾਂ ਦੀ ਮੈਲੀ ਅੱਖ ਜਿਹੜੀ ਆ ਉਹ ਸਿੱਖ ਜ਼ਮੀਨਾਂ, ਜਿਹੜੇ ਸਿੱਖ ਕਿਸਾਨ ਆ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਆ। ਅੱਜ ਉਹਨਾਂ ਕਿਸਾਨਾਂ ਦੇ ਉਜਾੜੇ ਦੀ ਗੱਲ ਤੇ ਵਰਲਡ ਸਿੱਖ ਪਾਰਲੀਮੈਂਟ ਦਾ ਡੈਲੀਗੇਸ਼ਨ ਜਿਹੜਾ ਦਲਸ਼ੇਰ ਸਿੰਘ ਐਡਵੋਕੇਟ ਦੀ ਅਗਵਾਈ ਦੇ ਵਿੱਚ ਗਿਆ, ਤੇ ਉੱਥੇ ਬੀਚਾ ਸਿੰਘ ਹੁਣੀ ਗਏ ਆ, ਔਰ ਉਹਨਾਂ ਦੇ ਪਾਸ ਵੀ ਡਿਕਲਾਈਨ ਕੀਤੇ ਇੰਡੀਅਨ ਸਟੇਟ ਨੇ ਵੀ, ਕਿਉਂਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵਿਜਿਟ ਨਹੀਂ ਕਰ ਸਕਦੇ। ਪਰ ਉਹ ਬੜਾ ਰਿਸਕ ਲੈ ਕੇ ਉਹਨਾਂ ਨੇ ਪੂਰੀ ਉੱਥੇ ਦੀ ਡਾਕੂਮੈਂਟਰੀ ਜਿਹੜੀ ਆ ਉਹ ਵਿਧਨ। ਸੋ ਮੈਂ ਸਮਝਦਾ ਅਸੀਂ ਸਮੇਂ ਸਮੇਂ ਤੇ
ਜਿਹੜੀ ਇੰਡੀਅਨ ਸਟੇਟ ਆ ਉਹਨਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਉਹਨੂੰ ਨੰਗਾ ਕਰਨ ਵਾਸਤੇ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀਆਂ ਅਲੱਗ ਅਲੱਗ ਦਾਸ ਕੌਂਸਲਾਂ ਡਿਪਾਰਟਮੈਂਟ ਹੈਗੇ ਆ ਆਪਣੇ ਆਪਣੇ ਕਾਰਜ ਖੇਤਰਾਂ ਦੇ ਵਿੱਚ ਐਕਟਿਵ ਆ। ਅੱਜ ਗੱਲ ਲੰਗਰਾਂ ਦੀ ਹੋ ਰਹੀ ਆ, ਲੰਗਰਾਂ ਦੇ ਵਿੱਚ ਭਾਰਤ ਵਿੱਚ ਜਦੋਂ ਤਾਂ ਲੰਗਰ ਅੱਜ ਲੰਗਰ ਵਰਤਾਉਣ ਤੇ ਵੀ ਕੇਸ ਪਾਏ ਜਾਂਦੇ ਆ, ਡਰਾਇਆ ਜਾਂਦਾ ਆ, ਧਮਕਾਇਆ ਜਾਂਦਾ ਆ। ਸੋ ਮੈਂ ਸਮਝਦਾ ਡਰਾਉਣ ਦੀਆਂ ਧਮਕਾਉਣ ਦੀਆਂ ਜਿਹੜੀਆਂ ਗੱਲਾਂ, ਹਾਲਾਂਕਿ ਕੇਰਲਾ ਦੇ ਵਿੱਚ ਕਿੰਨੇ ਲੰਗਰ ਜਿਹੜੇ ਉਸ ਵੇਲੇ ਹੜਾਂ ਦੇ ਵਿੱਚ ਉਹ ਭਾਵੇਂ ਯੂਨਾਈਟਿਡ ਸਿੱਖਸ ਹੋਵੇ ਜਾਂ ਖਾਲਸਾ ਏਡ ਵਰਗੀਆਂ ਸਾਡੀਆਂ ਸਿੱਖਾਂ ਦੀਆਂ ਜਥੇਬੰਦੀਆਂ ਹੋਣ, ਤੇ ਅੱਜ ਕੁੱਲ ਦੁਨੀਆਂ ਦੇ ਵਿੱਚ ਸਿੱਖ ਪਹੁੰਚਦਾ। ਮੈਂ ਅੱਜ ਬੇਨਤੀ ਕਰਾਂਗਾ ਆਪਣੇ ਦਰਸ਼ਕਾਂ ਨੂੰ ਵੀ ਕਿ ਅੱਜ ਆਪਣੇ ਕੋਲ ਕੰਟਰੀ ਨੀ ਹੈਗਾ, ਅਸੀਂ ਇੰਨੀ ਹਿੰਮਤ ਜ਼ਰੂਰਤ ਰੱਖਦੇ ਹਾਂ ਕਿ ਅਸੀਂ ਜਿਹੜਾ ਆ ਲੰਗਰ ਕੁੱਲ ਦੁਨੀਆਂ ਕਿਸੇ ਕੋਨੇ ਦੇ ਵਿੱਚ ਵੀ ਜਾ ਕੇ ਗੁਰੂ ਮਹਾਰਾਜ ਦੀ ਦਿੱਤੀ ਸ਼ਿਕਸ਼ਾ ਥਾਪੜੇ ਦੇ ਨਾਲ ਵਰਤਾ ਸਕਦੇ ਹਾਂ, ਤੇ ਕੱਲ ਨੂੰ ਸਾਡਾ ਆਪਣਾ ਖਾਲਿਸਤਾਨ ਹੋਏਗਾ ਜਿਹਦੇ ਵਾਸਤੇ ਜਦੋਂ ਜਹਾਂ ਚੱਲਦੀ ਪਈ ਆ। ਤੇ ਉਸ ਦਿਨ ਮੇਰੇ ਖਿਆਲ ਚ ਮੈਂ ਇਹ ਸੋਚਦਾ ਹੁੰਦਾ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਜਿਸ ਦਿਨ ਸਾਡਾ ਖਾਲਿਸਤਾਨ ਕਾਇਮ ਹੋ ਗਿਆ ਤੇ ਕੁੱਲ ਦੁਨੀਆਂ ਦੇ ਵਿੱਚ ਕੋਈ ਭੁੱਖਾ ਨਹੀਂ ਸੌਣ ਦਿੱਤਾ ਜਾਏਗਾ, ਦੁਨੀਆਂ ਦੇ ਵਿੱਚ ਲੰਗਰ ਜ਼ਰੂਰਤਮੰਦ ਤੱਕ ਪਹੁੰਚਦੀ ਜਾਏਗੀ ਜਾਂ ਰਸਤ ਵਸਤ, ਔਰ ਸਾਡੇ ਖਾਲਿਸਤਾਨ ਦੇ ਵਲੰਟੀਅਰ ਉਹ ਕੁੱਲ ਦੁਨੀਆਂ ਦੇ ਵਿੱਚ ਆਪਣੇ ਕਾਰਜਾਂ ਲਈ ਉਹਨਾਂ ਦਾ ਮਾਣ ਤਾਣ ਵੀ ਵਧੇਗਾ, ਕੰਟਰੀ ਦਾ ਮਾਣ ਵੀ ਵਧੇਗਾ। ਸੋ ਇਸ ਵਾਸਤੇ ਮੈਂ ਬੇਨਤੀ ਕਰਦਾ ਵਰਲਡ ਸਿੱਖ ਪਾਰਲੀਮੈਂਟ ਆ ਜਿਹੜੀ ਇਹ ਆਪਣੇ ਆਪ ਦੇ ਵਿੱਚ ਇੱਕ ਅਲੱਗ ਕੰਟਰੀ ਆਪਣੇ ਅਲੱਗ ਦੇਸ਼ ਦੀ ਗੱਲ ਕਰਦੀ ਆ, ਸੋ ਇਹਦੀ ਸਪੋਰਟ ਵੀ ਕਰੋ। ਅਸੀਂ ਪੂਰੀ ਕੋਸ਼ਿਸ਼ ਦੇ ਨਾਲ ਜਿਹਨੇ ਸਾਡੇ 150 ਮੈਂਬਰ ਆ ਡਾਇਸਪੋਰਾ ਦੇ ਵਿੱਚ 10-12 ਕੰਟਰੀਆਂ ਦੇ ਵਿੱਚੋਂ, ਸੋ ਉਹ ਸਾਰੇ ਐਕਟਿਵ ਆ ਪੂਰੀ ਜ਼ਿੰਮੇਵਾਰੀ ਤਨਦੇਹੀ ਦੇ ਨਾਲ। ਔਰ ਲੰਗਰ ਇਹ ਸਿਰਫ ਅਮੈਰੀਕਾ ਦੇ ਵਿੱਚ ਹੀ ਨਹੀਂ, ਇਹ ਕੈਨੇਡਾ ਦੇ ਵਿੱਚ ਵੀ ਔਰ UK ਦੂਜੀਆਂ ਸਟੇਟਾਂ ਦੇ ਵਿੱਚ ਵੀ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ, ਈਵਨ ਆਸਟ੍ਰੇਲੀਆ ਦੇ ਵਿੱਚ, UK ਦੇ ਵਿੱਚ, ਉਹ ਜਿਹੜੀਆਂ ਪਿਛਲੇ ਦਿਨੀ ਅਸੀਂ ਵੀਡੀਓ ਜਿਹੜੀਆਂ ਫੁਟੇਜ ਸ਼ੇਅਰ ਕੀਤੀਆਂ ਸੀਗੀਆਂ। ਜੀ ਜੀ ਬਲਜਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਕੰਟਰਾਸਟ ਬਾਰੇ, ਜਿੱਥੇ ਇੱਕ ਪਾਸੇ ਪੋਜ਼ਿਟਿਵ ਮੈਸੇਜ ਹੈ ਦੁਨੀਆ ਤੱਕ ਜਾ ਰਿਹਾ, ਉੱਥੇ ਦੂਜੇ ਪਾਸੇ ਭਾਰਤ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਉਹ ਇਸ ਕਦਰ ਤੱਕ ਨੇ ਵੀ ਤੁਹਾਡੇ ਉੱਤੇ ਜਿਹੜੇ ਨੇ ਉਹ ਝੂਠੇ ਕੇਸ ਪਾਏ ਜਾ ਰਹੇ ਨੇ ਕਿ ਤੁਸੀਂ ਪ੍ਰੋਟੈਸਟਰਸ ਦੀ ਮਦਦ ਦੇ ਲਈ ਜਾਂ ਉਹਨਾਂ ਦੇ ਲਈ ਤੁਸੀਂ ਲੰਗਰ ਜਿਹੜਾ ਹੈ ਉਹ ਉਹਨਾਂ ਨੂੰ ਵਰਤਾ ਰਹੇ ਹੋ, ਪਰ ਨਾਲ ਨਾਲ ਜਿਵੇਂ ਹਿੰਮਤ ਸਿੰਘ ਹੋਰਾਂ ਨੇ ਵੀ ਜ਼ਿਕਰ ਕੀਤਾ ਵੀ ਇਹ ਸਾਰੇ ਪਾਰਟ ਦਾ ਪ੍ਰਭਾਵ ਇਹ ਵੀ ਜ਼ਰੂਰ ਇੱਥੇ ਜ਼ਿਕਰ ਕਰਨਾ ਬਣਦਾ ਹੈ ਜਾਂ ਦੇਖਣਾ ਬਣਦਾ ਵੀ ਜਦੋਂ ਤੁਹਾਡਾ ਆਪਣਾ ਇੱਕ ਦਾਰੋ ਮਦਾਰ ਨਹੀਂ ਹੈਗਾ, ਤੁਹਾਨੂੰ ਕਿਵੇਂ ਖੱਜਲ ਤੁਸੀਂ ਹੋ ਰਹੇ ਹੋ ਕੌਮੀ ਤੌਰ ਦੇ ਉੱਤੇ, ਪਰ ਫਿਰ ਵੀ ਇੱਕ ਪੋਜ਼ਿਟਿਵ ਮੈਸੇਜ ਸੁਨੇਹਾ ਦੁਨੀਆਂ ਤੱਕ ਤੁਸੀਂ ਪਹੁੰਚਾ ਰਹੇ ਹੋ, ਤੇ ਜੇ ਮੁਕਾਮ ਇਹ ਬਣੇ ਵੀ ਤੁਹਾਡੇ ਕੋਲ ਆਪਣਾ ਦਰ ਘਰ ਹੋਵੇ, ਆਪਣਾ ਮੁਲਕ ਹੋਵੇ ਤੇ ਆਪਣੇ ਤੁਹਾਡੇ ਜਿਹੜੇ ਰਿਸੋਰਸਿਸ ਨੇ ਉਹ ਹੋਣ, ਤੇ ਫਿਰ ਜਿਹੜਾ ਇਹ ਲੰਗਰ ਹੈ ਜਾਂ ਹਿਊਮੈਨੀਟੇਰੀਅਨਿਜ਼ਮ ਦੇ ਥੱਲੇ ਜਦੋਂ ਲੋਕਾਂ ਦੀ ਲੋੜਵੰਦਾਂ ਦੀ ਮਦਦ ਦੀ ਗੱਲ ਆਉਂਦੀ ਹੈ, ਫਿਰ ਉਹਦਾ ਲੈਵਲ ਕੀ ਹੋਵੇਗਾ? ਹਾਂਜੀ ਅਮਰਵੀਰ ਸਿੰਘ ਜੀ, ਜਿਹੜਾ ਤੁਹਾਡਾ ਸਵਾਲ ਹੈ ਇਹਨੂੰ ਅਸੀਂ ਦੇਖੀਏ ਤੇ ਜਦੋਂ ਭਾਰਤ ਦੀ ਗੱਲ ਤੁਸੀਂ ਕਰਦੇ ਹੋ ਤੇ ਭਾਰਤ ਵਿੱਚ ਇਸ ਮੌਕੇ ਤੇ ਰਾਜ ਇਹੋ ਜਿਹਾ ਲੋਕਾਂ ਦਾ ਹੈ ਵੀ ਜੇ ਕਿਸੇ ਬ੍ਰਾਹਮਣ ਦੀ ਧੋਤੀ ਕੰਡਿਆਂ ਦੀ ਬਾੜ ਵਿੱਚ ਫਸ ਜਾਂਦੀ ਆ ਤੇ ਉਹ ਬਾੜ ਨੂੰ ਨਹੀਂ ਪੱਟਦਾ, ਉਹਦੀ ਜੜ੍ਹਾਂ ਵਿੱਚ ਤੇਲ ਪਾਉਂਦਾ। ਇੱਕ ਇਹੋ ਜਿਹਾ ਸ਼ਾਸਤਰ ਬੰਦੇ ਦਾ ਰਾਜ ਹੈ ਤੇ ਸ਼ੈਤਾਨ ਉੱਥੇ ਹਰ ਇੱਕ ਆਪਣੀ ਹੱਦ ਤੱਕ ਜਾ ਰਿਹਾ, ਕਮੀਨਗੀ ਤੱਕ ਜਾ ਰਿਹਾ, ਤੇ ਜਿਹੜਾ ਵੀ ਉਹਦਾ ਦਾ ਚੱਲਦਾ ਉਹਨੇ ਉਹ ਦਾ ਲਾਉਣਾ ਸਿੱਖ ਕੌਮ ਨੂੰ ਬਦਨਾਮ ਕਰਨ ਦੇ। ਇਹ ਕੋਈ ਜੰਗ ਜੇ ਹਿੰਦੂ ਨੂੰ ਪੁੱਛਿਆ ਜਾਵੇ ਕਿ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ, ਉਹਨਾਂ ਦੀ ਪਹਿਲੀ ਗੱਲ ਪਹਿਲੀ ਅੱਖ ਸਿੱਖਾਂ ਦੇ ਉੱਤੇ ਹੁੰਦੀ ਕਿ ਸਿੱਖ ਸਾਡੇ ਦੁਸ਼ਮਣ ਹੈ, ਕਿਉਂਕਿ ਇਹਨੀ ਸਾਡਾ ਸਭ ਕੁਛ ਕੰਡੈਮ ਕੀਤਾ ਹੈ। ਅਸੀਂ ਜਾਤ ਪਾਤ ਦਾ ਵਰਨ ਵੰਡ ਦੀ ਮਾਰ ਨੂੰ ਕੰਡੈਮ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਅਸੀਂ ਏਕ ਪਿਤਾ ਏਕ ਸਿੱਖ ਹਮ ਵਾਰਕ, ਤੇ ਅਸੀਂ ਉਸ 500 ਸਾਲ ਪੁਰਾਣੀ ਜਿਹੜੀ ਦੁਸ਼ਮਣੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਪਾਧੇ ਦਾ ਹੱਥ ਫੜ ਕੇ ਕਹਿਤਾ ਜੀ ਮੈਂ ਤੇਰਾ ਜਨੇਊ ਨਹੀਂ ਪਾਉਣਾ। ਸੋ ਸਾਡਾ ਸੰਘਰਸ਼ ਉਸ ਮੌਕੇ ਤੋਂ ਹੀ ਚੱਲਿਆ,
ਕੋਈ ਜਿਹੜਾ ਭਾਰਤੀ ਸਟੇਟ ਆ ਉਹਦਾ ਉਹਦੇ ਬਾਪ ਦਾ ਲੰਗਰ ਨਹੀਂ ਹੈ, ਇਹ ਉਹ ਜਿੱਥੇ ਕਹੇ ਅਸੀਂ ਉੱਥੇ ਲਾਉਣੇ। ਇਹ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਆ, ਇਹ ਗਰੀਬਾਂ ਦੇ ਲਈ, ਲੋੜਵੰਦਾਂ ਲਈ ਲੱਗਦਾ ਹੈ। ਇਹ ਲੰਗਰ ਲੱਗਦੇ ਸਮੇਂ ਗੁਰੂ ਦਾ ਸਿੱਖ ਕਦੇ ਇਹ ਨਹੀਂ ਦੇਖਦਾ ਕਿ ਛਕਣ ਵਾਲਾ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਕਿ ਈਸਾਈ ਆ ਜਾਂ ਕਿਸੇ ਹੋਰ ਧਰਮ ਨਾਲ ਬਿਲੋਂਗ ਕਰਦਾ ਹੈ। ਅਸੀਂ ਤਾਂ ਲੋੜਵੰਦਾਂ ਦੀ ਹੈਲਪ ਲਈ ਹਰ ਜਗ੍ਹਾ ਜਾਣਾ ਹੈ, ਲੇਕਿਨ ਜਿਹਦੀ ਮੁੱਢਲੀ ਵਫਾਦਾਰੀ ਭਾਰਤੀ ਸਟੇਟ ਦੇ ਨਾਲ ਆ, ਜਿਹੜਾ ਗਾਂਧੀ ਨੂੰ ਬਾਪੂ ਸਮਝਦਾ, ਉਹਨਾਂ ਲੋਕਾਂ ਦੀ ਹਮੇਸ਼ਾ ਜਿਹੜਾ ਦਿੱਲੀ ਦਾ ਤਖ਼ਤ ਆ ਉੱਥੇ ਤਖ਼ਤ ਦੇ ਉੱਤੇ ਚੜ੍ਹ ਕੇ ਉਹ ਸਿੱਖ ਕੌਮ ਵੱਲ ਜਾਂ ਅਕਾਲ ਤਖ਼ਤ ਵੱਲ ਵੱਟੇ ਮਾਰਦਾ ਹੈ। ਸੋ ਜਦੋਂ ਅਸੀਂ ਉਸ ਤਖ਼ਤ ਦੀ ਅਕਾਲ ਤਖ਼ਤ ਸਾਹਿਬ ਦੇ ਨਾਲ ਟੱਕਰ ਦੀ ਗੱਲ ਕਰਦੇ ਹਾਂ ਤੇ ਅਸੀਂ ਪਿੱਛੇ ਇੰਨਾ ਨਹੀਂ ਜਾਣਾ ਕਿ ਆਪਣੇ ਕੋਲ ਸਮਾਂ ਨਹੀਂ, ਆਪਾਂ ਲੰਗਰ ਤੇ ਹੀ ਗੱਲ ਲੈ ਕੇ ਆਉਣੀ ਹੈ। ਸੋ ਜਦੋਂ ਸਿੱਖ ਲੋੜਵੰਦਾਂ ਨੂੰ ਲੰਗਰ ਛਕਾਉਂਦਾ ਹੈ ਤੇ ਸਿੱਖ ਦੁਨੀਆ ਦੇ ਵਿੱਚ ਨਿਤਰ ਕੇ ਸਾਹਮਣੇ ਆਉਂਦਾ ਵੀ ਜਿਹੜੇ ਗੁਰੂ ਦੇ ਸਿੱਖ ਆ, ਜਿਹੜਾ ਕੰਮ ਸਰਕਾਰਾਂ ਦਾ ਸੀਗਾ ਲੋੜਵੰਦਾਂ ਦੀ ਹੈਲਪ ਕਰਨਾ, ਉਹ ਗੁਰੂ ਦੇ ਸਿੱਖ ਕਰ ਰਹੇ ਨੇ। ਸੋ ਜਦੋਂ ਅਸੀਂ ਉਸ ਪੱਖ ਤੋਂ ਬਾਹਰ ਨਿਕਲ ਕੇ ਦੁਨੀਆ ਦੇ ਵਿੱਚ ਵਿਚਰਦੇ ਹਾਂ ਤੇ ਇਹ ਕਦੇ ਵੀ ਮਨ ਚ ਸਮਝ ਲਿਓ ਕਿ ਭਾਈ ਜਿਹੜਾ ਹਿੰਦੁਸਤਾਨ ਦੀ ਗੱਦੀ ਤੇ ਬੈਠਾ ਉਹਨੂੰ ਇਹ ਕੰਮ ਚੰਗੇ ਲੱਗਦੇ ਹੋਣਗੇ। ਜੇ ਅਸੀਂ ਮੁਸਲਮਾਨਾਂ ਦੇ ਕੋਲ ਲੰਗਰ ਲੈ ਕੇ ਜਾਂਦੇ ਹਾਂ ਉਹਨੂੰ ਕਦੇ ਨਹੀਂ ਚੰਗਾ ਲੱਗਦਾ। ਬੇਸ਼ੱਕ ਉਹਨਾਂ ਨੂੰ ਹੁਣ ਖਬਰਾਂ ਸਾਡੀਆਂ ਲਾਉਣੀਆਂ ਪਈਆਂ, ਉਨੀ ਖੁਸ਼ ਹੋ ਕੇ ਨਹੀਂ ਲਾਈਆਂ। ਜਦੋਂ ਤੁਹਾਡੀ ਨਿਊਯਾਰਕ ਟਾਈਮ ਵਿੱਚ ਜਾਂ ਬਲੂਮਬਰਗ ਮੀਡੀਆ ਦੇ ਵਿੱਚ ਖਬਰ ਲੱਗਦੀ ਆ, ਵੌਇਸ ਆਫ ਅਮਰੀਕਾ ਦੇ ਵਿੱਚ ਖਬਰ ਲੱਗਦੀ ਆ, ਇਹਨਾਂ ਖਬਰਾਂ ਨੂੰ ਲੈ ਕੇ ਬਾਅਦ ਵਿੱਚ ਉਨੀ ਖਬਰਾਂ ਲਾਈਆਂ ਤੇ ਉਹਨਾਂ ਦੀ ਮਜਬੂਰੀ ਬਣ ਗਈ ਸੀ, ਲੇਕਿਨ ਉਹ ਖੁਸ਼ ਨਹੀਂ ਹੈ ਸਿੱਖਾਂ ਦੇ ਕਾਜ ਤੋਂ। ਤੇ ਕਦੇ ਵੀ ਇਹ ਮਤ ਸਮਝ ਲੈਣਾ ਕਿ ਜੇ ਸਾਡੀਆਂ ਖਬਰਾਂ ਲਾਈਆਂ ਤੇ ਹਿੰਦੁਸਤਾਨ ਜਾਂ ਹਿੰਦੁਸਤਾਨ ਦਾ ਮੀਡੀਆ ਸਿੱਖਾਂ ਤੋਂ ਖੁਸ਼ ਆ, ਜੇ ਸਿੱਖ ਇਸ ਭੁਲੇਖੇ ਵਿੱਚ ਰਹਿਣਗੇ ਤੇ ਬਹੁਤ ਵੱਡੀ ਮਾਰ ਖਾਣਗੇ। ਸੋ ਜਿਹੜੀ ਗੱਲ ਹਿੰਮਤ ਸਿੰਘ ਉਹਨਾਂ ਨੇ ਕੀਤੀ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਵੈਲਫੇਅਰ ਕੌਂਸਲ ਆ ਉਹਦਾ ਕਾਰਜ ਹੈਗਾ ਹੈ ਕਿ ਲੰਗਰ ਲਾਉਣੇ। ਜੇ ਗੁਰੂ ਗ੍ਰੰਥ ਸਿੱਖ ਦਾ ਸਾਡਾ ਆਪਣਾ ਰਾਜ ਭਾਗ ਹੋਊਗਾ, ਅੱਜ ਤੇ ਅਸੀਂ ਲੰਗਰ ਲਾ ਰਹੇ ਹਾਂ ਲੋਕਾਂ ਲਈ, ਸਾਡਾ ਆਪਣਾ ਰਾਜ ਹੋਊਗਾ, ਅਸੀਂ ਆਪਣੀਆਂ ਫੌਜਾਂ ਵੀ ਭੇਜ ਸਕਦੇ ਹਾਂ, ਲੋੜਵੰਦਾਂ ਲਈ ਅਸੀਂ ਦਵਾਈਆਂ ਦੇ ਜਹਾਜ਼ ਲੱਦ ਲੱਦ ਕੇ ਭੇਜ ਸਕਦੇ ਹਾਂ, ਤੇ ਗੁਰੂ ਨਾਨਕ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕਰਨੀਆਂ। ਜਿਵੇਂ ਇਸ ਟੀਵੀ ਦੇ ਕਰਤਾ ਧਰਤਾ ਡਾਕਟਰ ਅਮਰਜੀਤ ਸਿੰਘ ਹੁਣੀ ਕਹਿੰਦੇ ਸੀ ਵੀ ਗੁਰੂ ਸਾਹਿਬ ਦਾ ਸਿੱਖ ਦੇ ਨਾਲ ਵਾਅਦਾ ਹੈ ਕਿ ਭਾਈ ਉਹਨੇ ਕਦੇ ਸਿੱਖ ਨੂੰ ਨਿਕਰਾ ਨਹੀਂ ਰਹਿਣ ਦੇਣਾ, ਗੁਰੂ ਦੇ ਖਾਲਸੇ ਦਾ ਰਾਜ ਹਰ ਹਾਲਤ ਵਿੱਚ ਕਾਇਮ ਹੋਣਾ ਹੈ, ਦੁਨੀਆ ਦੀ ਕੋਈ ਵੀ ਪਾਵਰ ਇਹਨੂੰ ਰੋਕ ਨਹੀਂ ਸਕਦੀ, ਤੇ ਫਿਰ ਦੁਨੀਆ ਦੇ ਉੱਤੇ ਇੱਕ ਇਹੋ ਜਿਹਾ ਰਾਜ ਹੋਊਗਾ ਜਿਹੜਾ ਸਰਬੱਤ ਦੇ ਭਲੇ ਦਾ ਰਾਜ ਹੋਊਗਾ, ਜਿਹਦੀਆਂ ਉਦਾਹਰਨਾਂ ਦੂਰ ਦੂਰ ਤੱਕ ਦਿੱਤੀਆਂ ਜਾਣਗੀਆਂ। ਤੇ ਇਹ ਜਿੰਨਾ ਚਿਰ ਇਹ ਕਾਇਮ ਨਹੀਂ ਹੁੰਦਾ ਉਨਾ ਚਿਰ ਮਤਲਬ ਜਿਹੜਾ ਇੱਕ ਗੂੰਗੇ ਨੇ ਗੁੜ ਖਾਧਾ ਹੈ ਤੇ ਉਹ ਬੋਲ ਕੇ ਨਹੀਂ ਦੱਸ ਸਕਦਾ ਵੀ ਗੁੜ ਕਿੰਨਾ ਮਿੱਠਾ ਹੁੰਦਾ ਹੈ, ਤੇ ਅਸੀਂ ਦੁਨੀਆ ਨੂੰ ਇਹ ਦੱਸ ਨਹੀਂ ਸਕਦੇ ਕਿ ਰਾਜ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਰਾਜ ਹੈ ਸਰਬੱਤ ਦੇ ਭਲੇ ਦਾ ਉਹ ਕਿਹੋ ਜਿਹਾ ਰਾਜ ਹੋਊਗਾ। ਸੋ ਗੱਲ ਅਸੀਂ ਆਪਣੀ ਹੋਂਦ ਕਾਇਮ ਕਰਨੇ ਦੇ ਲਈ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਤੇ ਹਿੰਦੁਸਤਾਨ ਦਾ ਸਿਸਟਮ ਹੈ ਜਿਹੜਾ ਉਹ ਸਿੱਖ ਨੂੰ ਜਿਸ ਅੱਖ ਨਾਲ ਦੇਖਦਾ ਹੈ, ਉਹ 1947 ਤੋਂ ਬਾਅਦ ਕੋਈ ਇਹੋ ਜਿਹਾ ਸੂਰਜ ਨਹੀਂ ਚੜ੍ਹਿਆ ਜਿਹੜਾ ਉਹਨਾਂ ਨੇ ਸਾਨੂੰ ਗੁਲਾਮੀ ਦਾ ਅਹਿਸਾਸ ਨਾ ਕਰਵਾਇਆ ਹੋਵੇ ਤੇ ਸਾਡੇ ਦੁਨੀਆ ਦੇ ਵਿੱਚ ਜਾ ਕੇ ਆਪਣੀ ਹੋਂਦ ਪ੍ਰਗਟ ਕਰਨ ਦੇ ਜਿਹੜੇ ਮੌਕੇ ਨੇ ਉਹ ਗੁਰੂ ਦੇ ਸਿੱਖ ਨੇ ਹਮੇਸ਼ਾ ਲੈਣੇ ਆ, ਤੇ ਹਰੇਕ ਜਗ੍ਹਾ ਅਸੀਂ ਗੁਰੂ ਦਾ ਜਿਹੜਾ ਫਰਮਾਨ ਹੈ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪਾਠ ਪੜ੍ਹਾਇਆ ਹੈ, ਅਸੀਂ ਉਹਨੂੰ ਫੋਲੋ ਕਰਕੇ ਦੁਨੀਆ ਨੂੰ ਦੱਸਣਾ ਹੈ ਕਿ ਅਸੀਂ ਕਿਹੋ ਜਿਹੇ ਲੋਕ ਹਾਂ ਜੀ। ਬਿਲਕੁਲ ਹਾਂਜੀ ਹਿੰਮਤ ਸਿੰਘ ਜੀ, ਤੇ ਸਾਡਾ ਸਮਾਂ ਨਹੀਂ ਜ਼ਿਆਦਾ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ, ਪਰ ਜਾਂਦੇ ਜਾਂਦੇ ਅਖੀਰਲੇ 30 ਸੈਕਿੰਡ ਦੇ ਵਿੱਚ ਮੈਂ ਜ਼ਰੂਰ ਚਾਹੂੰਗਾ ਤੁਸੀਂ ਇਹ ਸਾਰੇ ਗੱਲਬਾਤ ਨੂੰ ਮੁੱਖ ਰੱਖਦੇ ਆ ਸੰਦੇਸ਼ TVT4 ਦੇ ਰਾਹੀਂ ਜਿੱਥੇ ਤਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ ਸੰਗਤਾਂ ਤੱਕ ਦਰਸ਼ਕਾਂ ਤੱਕ ਕੋਈ ਮੈਸੇਜ ਦੇਣਾ ਚਾਹੂੰ। ਜੀ ਅਮਰਵੀਰ ਸਿੰਘ ਜੀ, ਦੇਖੋ ਮੈਂ ਜਿੰਨੀਆਂ ਵੀ ਸੰਗਤਾਂ ਦਰਸ਼ਕ ਦੇਖ ਰਹੇ ਆ TV ਨੂੰ, ਮੇਰਾ ਸੁਨੇਹਾ ਇਹੀ ਆ ਵੀ ਜਿਸ ਵੇਲੇ ਵੀ ਇਸ ਤਰ੍ਹਾਂ ਦੇ ਕਾਰਜ ਸ਼ੁਰੂ ਹੁੰਦੇ ਆ ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਕੰਟਰੀ ਕੋਲ, ਦੁਨੀਆ ਦੇ ਵਿੱਚ, ਇਹਦੇ ਵਿੱਚ ਸਹਿਯੋਗ ਕਰੋ। ਔਰ ਖਾਸ ਕਰਕੇ ਧੰਨਵਾਦ ਕਰਦਾ ਮੈਂ ਜਿੰਨੇ ਵੀ ਅਮਰੀਕਾ ਭਰ ਦੇ ਵਿੱਚ ਵਲੰਟੀਅਰਾਂ ਨੇ ਸੇਵਾ ਜਿਹੜੀ ਕਰੀ ਆ, ਕਿਉਂਕਿ ਏਦਾਂ ਦੇ ਕਾਰਜ ਜਿਹੜੇ ਆ
ਉਹ ਇੱਕ ਇਨਸਾਨ ਦੇ ਨਾਲ ਅੱਗੇ ਨਹੀਂ ਤੁਰਦੇ, ਉਹਦੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਦਾ ਜਥੇਬੰਦੀਆਂ ਦਾ ਸਹਿਯੋਗ ਹੁੰਦਾ ਆ, ਪਰ ਕਿਸੇ ਨਾ ਕਿਸੇ ਨੇ ਉਹਨੂੰ ਅੱਗੇ ਲਾ ਕੇ ਤੁਰਨਾ ਹੁੰਦਾ ਆ। ਸੋ ਵਰਲਡ ਸਿੱਖ ਪਾਰਲੀਮੈਂਟ ਦੀ ਵੈਲਫੇਅਰ ਕੌਂਸਲ ਕੌਂਸਲ ਨੇ ਆਪਣਾ ਜਿਹੜਾ ਪੂਰਾ ਰੋਲ ਅਦਾ ਕੀਤਾ, ਬਹੁਤ ਸਾਰੇ ਭੈਣ ਭਰਾਵਾਂ ਨੇ ਸਹਿਯੋਗ ਦਿੱਤਾ, ਯੂਨਾਈਟਿਡ ਸਿੱਖ ਜਥੇਬੰਦੀ ਨੇ ਵੀ ਆਪਣਾ ਜਿਹੜਾ ਪੂਰਾ ਠੋਕ ਕੇ ਸਾਥ ਦਿੱਤਾ ਆ। ਔਰ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਇਸ ਔਖੇ ਸਮੇਂ ਦੇ ਵਿੱਚ ਆਪਾਂ ਚੱਲੀਏ ਅੱਗੇ, ਸਾਡੀ ਜਿਹੜੀ ਸਿੱਖ ਕੌਮ ਦੀ ਸਿੱਖੀ ਦੀ ਦਸਤਾਰ ਦੀ ਜਿਹੜੀ ਗੁਰੂਆਂ ਦੇ ਦਿੱਤੇ ਲੈਸਨ ਦੀ ਉਹ ਜਿਹੜੀ ਆ ਸ਼ਾਨ ਜਿਹੜੀ ਆ ਉਹ ਹੋਰ ਜ਼ਿਆਦਾ ਵੱਧਦੀ ਆ। ਸੋ ਸਤਿਗੁਰਾਂ ਦਾ ਸ਼ੁਕਰਾਨਾ ਆ, ਔਰ TV84 ਦਾ ਅਮਰਵੀਰ ਸਿੰਘ ਜੀ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਜਿੰਦਰ ਸਿੰਘ ਜੀ, ਤੁਸੀਂ ਅੰਤ ਦੇ ਵਿੱਚ ਕੁਛ ਕਹਿਣਾ ਚਾਹੋ, ਕੋਈ ਸੰਦੇਸ਼ ਦੇਣਾ ਚਾਹੋ ਦਰਸ਼ਕਾਂ ਤਾਈਂ? ਹਾਂਜੀ, ਸੰਦੇਸ਼ ਨਹੀਂ, ਬੇਨਤੀ ਆ ਜੀ। ਪਹਿਲੀ ਤਾਂ ਗੱਲ ਇਹ ਹੈ ਕਿ ਜਿਵੇਂ ਹਿੰਮਤ ਸਿੰਘ ਹੁਣੀ ਦੱਸਿਆ ਕਿ ਯੂਨਾਈਟਿਡ ਸਿੱਖ, ਭਾਈ ਹਰਦਿਆਲ ਸਿੰਘ ਹੁਣੀ ਇੱਕ ਇਹੋ ਜਿਹਾ ਯੋਧੇ ਆ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਸ ਸੇਵਾ ਦੇ ਵਿੱਚ ਕੰਮ ਕਰਦੇ ਨੇ। ਇਹ ਜਿਹੜਾ ਸਾਡਾ 22 ਮਾਰਚ ਤੋਂ ਸੇਵਾ ਦਾ ਪ੍ਰੋਜੈਕਟ ਚੱਲਿਆ, ਇਹ ਸਾਡਾ ਜੁਆਇੰਟ ਆਪਰੇਸ਼ਨ ਸੀਗਾ ਤੇ ਅਸੀਂ ਸਾਂਝੇ ਤੌਰ ਤੇ ਸਾਰੇ ਕਾਰਜ ਕੀਤੇ ਨੇ। ਤੇ ਬਾਕੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਆ ਸਾਰਿਆਂ ਪਾਸਿਆਂ ਤੋਂ। ਧੰਨਤਾ ਦੇ ਯੋਗ ਆ ਸਿੱਖ ਸੈਂਟਰ ਆਫ ਨਿਊਯਾਰਕ ਕੁਈਨਸ ਵਿਲੇਜ ਦੀ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਸਾਡਾ ਸਾਥ ਦਿੱਤਾ ਹੈ। ਤੇ ਬੇਨਤੀ ਸੰਗਤਾਂ ਨੂੰ ਇੱਕ ਜ਼ਰੂਰ ਕਰਨੀ ਆ, ਉਹ ਇਹ ਹੈ ਕਿ ਵੀ ਤੁਸੀਂ ਜਦੋਂ ਵੀ ਦੇਖੋ ਇਹੋ ਜਿਹੇ ਕਿੰਨੇ ਵਧੀਆ ਤੋਂ ਵਧੀਆ ਕਾਰਜ ਹੋ ਰਹੇ ਨੇ, ਸੰਗਤਾਂ ਦੀ ਹੈਲਪ ਦੇ ਨਾਲ ਹੀ ਹੋ ਰਹੇ ਨੇ, ਸੰਗਤਾਂ ਦੀ ਮਦਦ ਦੇ ਨਾਲ, ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੋ ਰਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਜਿਹੜੇ ਇਸ ਪਾਠ ਦਾ ਹਿੱਸਾ ਨਹੀਂ, ਤੇ ਜਦੋਂ ਤੁਸੀਂ ਦੇਖਦੇ ਹੋ ਇੰਨੇ ਵਧੀਆ ਕਾਰਜ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਤੁਹਾਡੇ ਇਨਵੋਲਵਮੈਂਟ ਤੋਂ ਬਿਨਾਂ ਹੋ ਰਹੇ ਨੇ, ਵਾਈ ਨੋਟ ਬੀ ਅ ਪਾਰਟ ਆਫ ਦਿਸ ਸਿਸਟਮ। ਤੇ ਜੇ ਤੁਸੀਂ ਤੁਹਾਡੀ ਹੈਲਪ ਤੋਂ ਬਿਨਾਂ ਇਹ ਸਭ ਕੁਛ ਹੋ ਰਿਹਾ, ਗੁਰੂ ਸਾਹਿਬ ਦੀ ਬਖਸ਼ਿਸ਼, ਦੁਨੀਆ ਦੇ ਉੱਤੇ ਖਾਲਸੇ ਨੇ ਝੰਡੇ ਕੱਢੇ ਨੇ, ਬੜੀ ਦੂਰ ਦੂਰ ਤੱਕ ਖਬਰਾਂ ਵੀ ਗਈਆਂ, ਤੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਇਸ ਸੇਵਾ ਤੋਂ ਸਿੱਖਣੇ ਰਹਿ ਗਏ, ਵਾਈ ਨੋਟ ਬੀ ਅ ਪਾਰਟ ਆਫ ਦਿਸ ਸਿਸਟਮ। ਅੰਤ ਵਿੱਚ ਇੱਕ ਬੇਨਤੀ ਹੋ ਰਿਹਾ, ਭਾਈ TV84 ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਵਾਲਾ ਇੱਕ ਅਦਾਰਾ ਹੈਗਾ, ਜਿਹਦੀ ਅਸੀਂ ਸਾਰਿਆਂ ਨੇ ਮਦਦ ਕਰਨੀ ਹੈ। ਜਿੰਨੀ ਵੱਧ ਤੋਂ ਵੱਧ ਮਦਦ ਕਰ ਸਕਦੇ ਹੋ TV84 ਦੀ ਮਦਦ ਕਰੋ, ਤਾਂ ਕਿ ਇਹੋ ਜਿਹੀਆਂ ਜੰਗਾਂ ਇਸ ਮੌਕੇ ਤੇ ਮੀਡੀਏ ਵਿੱਚ ਜਿੱਤੀਆਂ ਜਾਣੀਆਂ। ਮੀਡੀਏ ਵਿੱਚ ਹੀ ਸਾਡੇ ਉੱਤੇ ਬਹੁਤ ਵੱਡੇ ਵੱਡੇ ਇਲਜ਼ਾਮ ਲੱਗਦੇ ਨੇ, ਤੇ ਮੀਡੀਏ ਨਾਲ ਹੀ ਅਸੀਂ ਉਹਨਾਂ ਗੱਲਾਂ ਦਾ ਜਵਾਬ ਦੇਣਾ। ਅੰਤ ਵਿੱਚ TV84 ਦਾ ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ, ਵੱਖ ਵੱਖ ਪਹਿਲੂਆਂ ਤੇ ਗੱਲਬਾਤ ਕੀਤੀ ਹੈ, ਤੇ ਆਪਣੇ ਸੁਝਾਅ ਤੇ ਸਵਾਲ ਤੁਸੀਂ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਕਮੈਂਟਸ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਇੱਥੇ ਹੀ ਜਿਵੇਂ ਕੰਕਲੂਜਨ ਦੇ ਵਿੱਚ ਇਹੀ ਗੱਲ ਇੱਥੇ ਕਹਿਣੀ ਬਣਦੀ ਹੈ, ਜਿਵੇਂ ਇਸ ਡਿਸਕਸ਼ਨ ਦੇ ਵਿੱਚ ਵੀ ਜ਼ਿਕਰ ਹੋਇਆ ਵੀ ਇਹ ਸਾਡਾ ਫਰਜ਼ ਬਣਦਾ ਹੈ ਇੱਕ ਸਿੱਖ ਦੇ ਨਾਤੇ ਆਪਣਾ ਜਿਹੜਾ ਦਸਵੰਧ ਹੈ ਗੁਰੂ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਉਹ ਕੱਢੀਏ, ਤੇ ਬਣਦਾ ਸਰਦਾ ਜਿਹੜਾ ਯੋਗਦਾਨ ਹੈ ਜਿੱਥੇ ਵੀ ਜਿੱਦਾਂ ਦੇ ਵੀ ਪ੍ਰੋਜੈਕਟ ਚੱਲ ਰਹੇ ਨੇ ਮਨੁੱਖਤਾ ਦੇ ਭਲੇ ਦੇ ਲਈ, ਉਹ ਹਿਊਮੈਨਿਟੇਰੀਅਨਿਜ਼ਮ ਦੇ ਪਾਰਟ ਨੂੰ ਮੁੱਖ ਰੱਖਦਿਆਂ ਲੰਗਰ ਦੀ ਸੇਵਾ ਹੋਵੇ ਜਾਂ ਵੱਖੋ ਵੱਖਰੇ ਤੌਰ ਦੇ ਉੱਤੇ ਜਿੱਥੇ ਵੀ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।